कहां तुझे प्रभु बुद्ध हमारी, वर्णन सके महिमा जो तिहारी। हम ना सिफते कर सकत तुम्हारी, आप ले ओ तुम कथा सुधारी। बेसुमार यथा अगंत अतुले, ज्यों बुलाओ त्यों नानक दास बोले। सन्मानयोग गुरु रूप साध संगत फतेह प्रवान करने, वाहिगुरु जी का खालसा वाहिगुरु जी की फतेह। ज्यों ज्यों मनुख की सुरत अकाल पुरख परिपूर्ण परमात्मा दे नेड़े आउंदी है, त्यों त्यों उस दे अंदर कला दा जन्म होंदा है, विशेष कला दा। ऐसा हो ही नहीं सकता कि भगत कलाकार ना होवे। कुछ ना कुछ कला दा लाजमी जन्म हो जाता है। कला कहिंदे ने हुनर नूं, एक खास तरह की विद्या ज्ञान नूं। साढ़े देश हिंदुस्तान की पुरानी परंपरा यही रही है कि किसी महापुरश सतपुरश नूं वेखना है तो इस निगाह नाल वेखना है कि उहदे च कला कितनी है, ते कला दे आधार दे उत्ते ही फैसले किए जाते रहे भी ये छोटा अवतार है, ये वड्डा अवतार है। इस तरीके दियां विचारां साडे देश दे प्रचलित सन। जैसे कि कहिंदे ने कि श्री राम 14 कला रखदे ने। कला दा मतलब है हुनर, ते श्री कृष्ण 16 कला संपूर्ण अवतार मनदे ने। 16 कला गुरबाणी च एक इशारा मिलता है, 16 कला संपूर्ण फलिया, अनंत कला होए ठाकुर चढ़िया। कला एक हुनर, एक खास तरह का ज्ञान, एक खास तरह की विद्या। कहिंदे ने कृष्ण जी दे अंदर 16 कला सन, 16 तरह की विद्या। वो अच्छे संगीतकार सन, अच्छे कवि सन, महा नृत्यकार सन, अच्छे दार्शनिक सन, फिर वाक सत्या भी उन्होंने कोल सी, नीति दे च भी वो निपुण सन, राजनीति दे च, शास्त्रां दे भी वो ज्ञाते। गिणती करदिया करदिया हिंदुस्तान दे विद्वानां ने गल इत्थे मुकाई भी इन्हां दे अंदर 16 कला ने। 2 कला घट ने राम दे अंदर, उहदे अंदर 14 कला है। संगीत ते निरत राम दी जिंदगी विच नहीं पुट सके क्योंकि ओह मर्यादा दे दायरे विच रहे ने। मुख्तसर अर्ज़ इह करिए कि ज्यों ज्यों मनुख दी सुरत परमात्मा दे नेड़े जावेगी,
ਨਵੀਂ ਤੋਂ ਨਵੀਂ ਕਲਾ ਦਾ ਅੰਦਰੋਂ ਜਨਮ ਆਉਂਦਾ ਅਤੇ ਸੰਸਾਰ ਵਿੱਚ ਜਿਤਨੀ ਕਲਾ ਹੈ ਇਹਨੂੰ ਪ੍ਰਗਟ ਕੀਤਾ ਹੈ ਭਗਤਾਂ ਨੇ, ਸੰਤਾਂ ਨੇ, ਅਵਤਾਰਾਂ ਨੇ। ਬਾਅਦ ਵਿੱਚ ਆਮ ਬੰਦਿਆਂ ਦੇ ਹੱਥ ਵਿੱਚ ਉਹ ਕਲਾ ਆਈ ਹੈ। ਸੰਗੀਤ ਭਗਤਾਂ ਦੀ ਦੇਣ ਹੈ, ਕਵਿਤਾ ਅਵਤਾਰੀ ਪੁਰਸ਼ਾਂ ਦੀ ਦੇਣ ਹੈ, ਨ੍ਰਿਤ ਔਰ ਇਹ ਸੰਗ ਤਰਾਸ਼ੀ ਬੁੱਤ ਘੜਨੇ ਤਸਵੀਰਾਂ ਬਣਾਉਣੀਆਂ ਇਹ ਵੀ ਕਹਿੰਦੇ ਨੇ ਸੰਤਾਂ ਦੀ ਦੇਣ ਹੈ। ਕੁਛ ਨਾ ਕੁਛ ਕਲਾ ਦਾ ਪਰਮਾਤਮਾ ਦੇ ਨੇੜੇ ਜਾਣ ਨਾਲ ਜਨਮ ਹੋ ਜਾਂਦਾ ਹੈ। ਇਹ ਲੋਰਾ ਅਜੰਤਾ ਦੀਆਂ ਜਿਹੜੀਆਂ ਗੁਫਾਵਾਂ ਨੇ ਅਤੇ ਪਹਾੜਾਂ ਨੂੰ ਤਰਾਸ਼ ਕੇ ਜੋ ਮੂਰਤੀਆਂ ਬਣਾਈਆਂ ਨੇ ਇਹ ਬੋਧ ਭਿਕਸ਼ੂਆਂ ਨੇ ਬਣਾਈਆਂ ਨੇ, ਸਾਧੂਆਂ ਨੇ ਬਣਾਈਆਂ। ਸਾਧੂ ਦਾ ਮਤਲਬ ਹੈ ਉਸ ਦੇ ਅੰਦਰ ਕਿਸੇ ਨਾ ਕਿਸੇ ਕਲਾ ਦਾ ਜਨਮ ਹੋ ਗਿਆ, ਚਾਹੇ ਉਹ ਕਵਿਤਾ ਹੋਵੇ, ਸੰਗੀਤ ਹੋਵੇ, ਨ੍ਰਿਤ ਹੋਵੇ, ਸਾਹਿਤ ਹੋਵੇ, ਦਰਸ਼ਨ ਹੋਵੇ, ਨੀਤੀ ਹੋਵੇ ਜਾਂ ਸ਼ਾਸਤਰਾਂ ਦਾ ਗਿਆਨ ਹੋਵੇ। ਐਸਾ ਹੋ ਹੀ ਨਹੀਂ ਸਕਦਾ ਕਿ ਉਹਦੇ ਅੰਦਰ ਕਿਸੇ ਕਲਾ ਦਾ ਜਨਮ ਨਾ ਹੋਵੇ। ਰਵਿਦਾਸ ਜੈਸਾ ਪੁਰਸ਼ ਜੋ ਬਾਜ਼ਾਰ ਵਿੱਚ ਬੈਠ ਕੇ ਜੁੱਤੀਆਂ ਗੰਢਦਾ ਹੈ, ਸੁਰਤ ਰੱਬ ਦੇ ਨੇੜੇ ਗਈ, ਅੰਦਰੋਂ ਕਵਿਤਾ ਦਾ ਵੀ ਜਨਮ ਹੋਇਆ, ਸੰਗੀਤ ਦਾ ਜਨਮ ਵੀ ਹੋਇਆ। ਕਬੀਰ ਜੈਸਾ ਜੁਲਾਹਾ ਜਿਸਦਾ ਦਿਨ ਭਰ ਕੰਮ ਸੀ ਕੱਪੜੇ ਬੁਣਨਾ, ਸੁਰਤ ਰੱਬ ਦੇ ਨੇੜੇ ਗਈ ਤਾਂ ਅੰਦਰੋਂ ਹਰ ਤਰ੍ਹਾਂ ਦੀ ਕਲਾ ਦਾ ਜਨਮ ਹੋ ਗਿਆ। ਕਲਾ ਕਿਸੇ ਦੀ ਵਿਰਾਸਤ ਨਹੀਂ ਹੈ, ਜਿਸ ਦੀ ਸੁਰਤ ਰੱਬ ਦੇ ਨੇੜੇ ਜਾਏਗੀ ਕਲਾਕਾਰ ਬਣ ਜਾਏਗਾ। ਨਾਮਦੇਵ ਜੈਸਾ ਛੇਂਬਾ ਸੁਰਤ ਰੱਬ ਦੇ ਨੇੜੇ ਗਈ, ਅੰਦਰੋਂ ਕਵਿਤਾ ਅਤੇ ਸੰਗੀਤ ਦਾ ਜਨਮ ਹੋਇਆ, ਸ਼ਾਸਤਰ ਵਿੱਦਿਆ ਦਾ ਜਨਮ ਹੋਇਆ, ਨੀਤੀ ਨਿਪੁੰਨ ਵੀ ਉਹ ਬਣ ਗਏ। ਗਰਜ਼ ਕੇ ਐਸਾ ਹੋ ਹੀ ਨਹੀਂ ਸਕਦਾ ਕਿ ਭਗਤ ਕਲਾਕਾਰ ਨਾ ਹੋਵੇ, ਸੰਤ ਕਲਾਕਾਰ ਨਾ ਹੋਵੇ, ਜ਼ਰੂਰ ਹੋਵੇਗਾ। ਉਹਦੇ ਅੰਦਰੋਂ ਕਵਿਤਾ, ਸੰਗੀਤ, ਵਿਚਾਰ, ਫਿਲਸਫੇ ਦਾ ਜਨਮ ਹੋਵੇਗਾ। ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਜਨਮਦਾਤੇ ਅਤੇ ਭਗਤ ਨੇ। ਬਾਅਦ ਵਿੱਚ ਆਮ ਸੰਸਾਰੀ ਲੋਕ ਉਸਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ, ਸੰਗੀਤ ਨੂੰ, ਕਵਿਤਾ ਨੂੰ, ਤਰ੍ਹਾਂ ਤਰ੍ਹਾਂ ਦੀ ਵਿੱਦਿਆ ਨੂੰ, ਫਿਲੋਸਫੀ ਨੂੰ, ਵਿਚਾਰਾਂ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ। ਸਭ ਕੁਛ ਇਹ ਭਗਤਾਂ ਦੇ ਅੰਦਰੋਂ ਫੁੱਟਿਆ ਸੀ ਅਤੇ ਸਭ ਤੋਂ ਪਹਿਲੇ ਜ਼ਮੀਨ ਦੇ ਉੱਤੇ ਕਲਾ ਨੂੰ ਜਨਮ ਦੇਣ ਵਾਲੇ ਭਗਤ ਨੇ। ਇਸ ਤੋਂ ਪਹਿਲੇ ਕੋਈ ਕਲਾ ਨਹੀਂ ਸੀ। ਸੰਗੀਤ ਦਾ, ਸੱਤ ਸੁਰਾਂ ਦਾ ਜਿਹੜਾ ਗਿਆਨ ਹੈ ਇਹ ਹਿੰਦੁਸਤਾਨ ਵਿੱਚ ਸ਼ਾਸਤਰਾਂ ਤੋਂ ਆਇਆ ਹੈ। ਇਸ ਵਾਸਤੇ ਜਿਹੜਾ ਇਹ ਪੁਰਾਣਾ ਪੱਕਾ ਰਾਗ ਇਹਨੂੰ ਸ਼ਾਸਤਰੀਆ ਸੰਗੀਤ ਕਹਿੰਦੇ ਨੇ। ਸ਼ਾਸਤਰੀਆ ਸੰਗੀਤ ਸ਼ਾਸਤਰਾਂ ਦੇ ਚੋਂ ਨਿਕਲੇ ਹੈ। ਫਿਰ ਜੜੀ ਬੂਟੀਆਂ ਦਾ ਜਿਤਨਾ ਗਿਆਨ ਹੈ ਇਹ ਫਕੀਰਾਂ ਦੀ ਦੇਣ ਹੈ, ਸੰਤਾਂ ਦੀ ਦੇਣ ਹੈ। ਧਨੰਤਰ ਜੈਸੇ ਰਿਸ਼ੀ ਨੇ ਮੇਘ ਵਿਨੋਦ ਗ੍ਰੰਥ ਲਿਖਿਆ ਜੜੀ ਬੂਟੀਆਂ ਦਾ ਗਿਆਨ। ਜ਼ਿੰਦਗੀ ਦੇ ਹਰ ਪਹਿਲੂ ਦੀ ਕਲਾ ਮਨੁੱਖ ਦੇ ਅੰਦਰੋਂ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਿਹੜਾ ਜਿਤਨਾ ਗਹਿਰਾਈ ਵਿੱਚ ਚਲਾ ਜਾਂਦਾ ਹੈ ਉਤਨਾ ਹੀ ਵੱਡਾ ਕਲਾਕਾਰ ਬਣ ਜਾਂਦਾ ਹੈ, ਉਤਨੀ ਵੱਡੀ ਕਲਾ ਉਸ ਦੇ ਅੰਦਰ ਪੈਦਾ ਹੋ ਜਾਂਦੀ ਹੈ। ਬਾਅਦ ਵਿੱਚ ਆਮ ਜਗਤ ਦੇ ਲੋਕ ਉਸ ਕਲਾ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਤਰੀਕਾ ਇਹ ਵੀ ਹੈ ਬਾਹਰ ਤੋਂ ਅੰਦਰ ਜਾਣਾ, ਇੱਕ ਉਹ ਹੈ ਅੰਦਰ ਤੋਂ ਬਾਹਰ ਆਉਣਾ। ਕਰੀਬਨ ਜੋ ਅੰਦਰ ਤੋਂ ਬਾਹਰ ਆਉਣਾ ਹੈ ਇਹ ਕੁਦਰਤੀ ਹੈ, ਪ੍ਰਾਕਿਰਤਿਕ ਹੈ। ਜਿੰਨੀ ਬਨਸਪਤੀ ਜ਼ਮੀਨ ਦੇ ਅੰਦਰੋਂ ਫੁੱਟਦੀ ਹੈ ਅੰਦਰ ਤੋਂ ਬਾਹਰ ਆਉਂਦੀ ਹੈ।
ਕਲਾ ਸੰਗੀਤ ਜੋ ਅੰਦਰ ਤੋਂ ਬਾਹਰ ਆਈ ਉਹਦੀ ਜੜ ਹੋਵੇਗੀ, ਉਹਦੀ ਬੁਨਿਆਦ ਹੋਵੇਗੀ। ਪਰ ਜੋ ਬਾਹਰੋਂ ਅੰਦਰ ਜਾ ਰਹੀ ਉਹਦੀ ਬੁਨਿਆਦ ਨਹੀਂ ਹੁੰਦੀ, ਉਹਦੀ ਕੋਈ ਪੁਖਤਾ ਜੜ੍ਹਾਂ ਨਹੀਂ ਹੁੰਦੀਆਂ। ਇਸ ਵਾਸਤੇ ਕਹਿੰਦੇ ਨੇ ਬਾਹਰ ਦੀ ਕਲਾ ਅਗਰ ਬਾਹਰੋਂ ਅੰਦਰ ਚਲੀ ਗਈ ਹੈ, ਬੇਚੈਨੀਆਂ ਦੂਰ ਨਹੀਂ ਕਰਦੀ, ਦੁੱਖ ਸੰਤਾਪ ਦੂਰ ਨਹੀਂ ਕਰਦੀ, ਬੇਜ਼ਾਰੀਆਂ ਨੂੰ ਦੂਰ ਨਹੀਂ ਕਰਦੀ। ਸੰਸਾਰ ਦੇ ਬੜੇ ਬੜੇ ਕਵੀ, ਸੰਗੀਤ ਸਮਰਾਟ ਪਰੇਸ਼ਾਨ ਅਤੇ ਬੇਜ਼ਾਰ ਰਹੇ, ਰਾਜਨੀਤਿਕ ਥੋੜ੍ਹੀ ਜਿਹੀ ਉਥਲ ਪੁਥਲ ਹੋ ਜਾਏ ਅਤੇ ਮੰਜੇ 'ਤੇ ਪੈ ਜਾਂਦੇ ਨੇ, ਦਿਲ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ। ਪਰ ਨੀਤੀ ਦਾ, ਸ਼ਾਸਤਰ ਦਾ ਔਰ ਸੰਗੀਤ ਦਾ, ਕਵਿਤਾ ਦਾ, ਤਰ੍ਹਾਂ ਤਰ੍ਹਾਂ ਦੀ ਹੋਰ ਕਲਾ ਦਾ ਜਿਹੜਾ ਅੰਦਰੋਂ ਜਨਮ ਹੈ ਉਹਦੀ ਬੁਨਿਆਦ, ਕਿਉਂਕਿ ਅੰਦਰ ਤੋਂ ਬਾਹਰ ਆਉਣਾ ਇਹ ਪ੍ਰਾਕਿਰਤਿਕ ਨਿਯਮ ਹੈ, ਕੁਦਰਤ ਦਾ ਨਿਯਮ ਹੈ। ਤਮਾਮ ਵਸਤੂਆਂ ਦਾ ਜਨਮ ਅੰਦਰ ਤੋਂ ਬਾਹਰ ਹੈ, ਚਾਹੇ ਮਨੁੱਖ ਨੇ, ਜੀਵ ਨੇ, ਜੰਤੂ ਨੇ, ਕੀੜੇ ਨੇ, ਮਕੌੜੇ ਨੇ, ਬਨਸਪਤੀ ਹੈ, ਜਨਮ ਅੰਦਰ ਤੋਂ ਬਾਹਰ ਹੈ, ਬੁਨਿਆਦ ਅੰਦਰ ਹੈ। ਤੋ ਜਿਸ ਕਲਾ ਦੀ ਬੁਨਿਆਦ ਅੰਦਰ ਹੈ ਅਤੇ ਅੰਦਰ ਤੋਂ ਬਾਹਰ ਪ੍ਰਗਟ ਹੋ ਰਹੀ ਹੈ, ਸਮਝ ਲੈਣਾ ਚਾਹੀਦਾ ਹੈ ਕਿ ਬਹੁਤ ਪੁਖਤਾ ਬੁਨਿਆਦ ਹੈ ਇਸ 'ਤੇ, ਔਰ ਇਹ ਲਾਜ਼ਮੀ ਰੱਬ ਦੇ ਨੇੜੇ ਹੋਵੇਗਾ, ਪਰਮਾਤਮਾ ਦੇ ਨੇੜੇ ਹੋਵੇਗਾ। ਹੈਰਾਨਗੀ ਹੋ ਜਾਂਦੀ ਹੈ ਕਿ ਬਾਜ਼ਾਰ ਵਿੱਚ ਜੁੱਤੀਆਂ ਗੰਢਣ ਵਾਲਾ ਪੁਰਸ਼ ਜੁੱਤੀਆਂ ਗੰਢਦਿਆਂ ਗੰਢਦਿਆਂ ਕਵੀ ਬਣ ਗਿਆ, ਸੰਗੀਤਕਾਰ ਬਣ ਗਿਆ, ਅੰਦਰੋਂ ਜਨਮ ਹੋਇਆ ਰਵਿਦਾਸ ਤੇ। ਉਸ ਸ਼ਾਇਰੀ ਦਾ ਜਿਹਦੇ ਅਰਥ ਕਰਨ ਦੀ ਲੋੜ ਹੈ, ਉਸ ਸ਼ਾਇਰੀ ਦਾ ਜਿਸਦੇ ਬੜੇ ਬੜੇ ਪੰਡਿਤ ਅਰਥ ਕਰਦੇ ਨੇ, ਬੜੇ ਬੜੇ ਸਿਆਣੇ ਟੀਕਾ ਕਰਦੇ ਨੇ, ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਇਸ ਅਨਪੜ੍ਹ ਰਵਿਦਾਸ ਨੇ ਕੀ ਆਖਿਆ। ਬੜੇ ਬੜੇ ਪੜ੍ਹੇ ਲਿਖਿਆਂ ਦੇ ਦਿਮਾਗ ਚਕਰਾ ਜਾਂਦੇ, ਇਸ ਅਨਪੜ੍ਹ ਜੁਲਾਹੇ ਨੇ ਕੀ ਆਖਿਆ। ਬੜੇ ਬੜੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਦੇ ਦਿਮਾਗ ਚਕਰਾ ਜਾਂਦੇ। ਕਬੀਰ ਨੂੰ ਪੜ੍ਹ ਕੇ ਕਰੀਬਨ ਕਰੀਬਨ ਸੈਂਕੜੇ ਮਨੁੱਖਾਂ ਨੇ ਸਾਡੇ ਦੇਸ਼ ਵਿੱਚ PhD ਕੀਤੀ, ਔਰ ਕਬੀਰ ਨੂੰ ਅਜੇ ਵੀ ਸਮਝਣਾ ਕਿਸੇ ਹੱਦ ਤੱਕ ਸਮਰੱਥਾ ਤੋਂ ਪਰੇ ਦੀ ਗੱਲ ਹੈ। ਨਾਮਦੇਵ ਨੇ, ਬਾਬਾ ਫਰੀਦ ਨੇ, ਹੁਣ ਬੈਠਾ ਹੈ ਦਰਿਆ ਸਿੰਧ ਦੇ ਕੰਢੇ ਪਾਕ ਪਠਨ, ਨਮਾਜ਼ ਪੜ੍ਹ ਰਿਹਾ, ਬੰਦਗੀ ਕਰ ਰਿਹਾ, ਪਰ ਅੰਦਰੋਂ ਸੰਗੀਤ ਅਤੇ ਕਵਿਤਾ ਦਾ ਜਨਮ ਹੋ ਗਿਆ, ਕਲਾਕਾਰ ਬਣ ਜਾਂਦਾ। ਇੱਕ ਉਹ ਕਵੀ ਜੋ ਕਵਿਤਾ ਬਾਹਰੋਂ ਸਿੱਖਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਔਰ ਜਿਹੜਾ ਬਾਹਰੋਂ ਵੀ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਪ੍ਰਭਾਵਿਤ ਅਤੇ ਕਵਿਤਾ ਤੋਂ ਹੈ, ਕਲਾ ਤੋਂ ਹੈ, ਅਤੇ ਕਲਾ ਦੇ ਜਨਮਦਾਤੇ ਭਗਤ ਲੋਕ ਨੇ। ਅਤੇ ਫਿਰ ਚੂੰਕਿ ਕਲਾ ਦਾ ਪ੍ਰਭਾਵ ਪਿਆ, ਤਾਂ ਸੁਰਤ ਨੂੰ ਕੋਈ ਅੰਦਰ ਨਾ ਕਰ ਸਕਿਆ ਅਤੇ ਫਿਰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕੀਤੀ। ਇਸ ਵਾਸਤੇ ਆਪ ਹੈਰਾਨ ਹੋਵੋਗੇ, ਰਿਸ਼ੀ ਦੇ ਜਿਹੜੇ ਅਖਰੀ ਅਰਥ ਨੇ ਉਹ ਕਵੀ ਹੈ, ਰਿਸ਼ੀ ਇਹਦੇ ਅਖਰੀ ਅਰਥ ਕਵੀ ਨੇ, ਇਸ ਤੋਂ ਇਲਾਵਾ ਹੋਰ ਕੋਈ ਇਸਦੇ ਅਰਥ ਨਹੀਂ। ਰਿਸ਼ੀ, ਰਿਸ਼ੀ ਦੇ ਅਖਰੀ ਅਰਥ ਨੇ ਕਵੀ। ਰਿਸ਼ੀ ਦਾ ਬਹੁਤ ਵੱਡਾ ਸਨਮਾਨ ਹੈ, ਕਵੀ ਦਾ ਬਹੁਤ ਵੱਡਾ ਹਿੰਦੁਸਤਾਨ ਦੇ ਸਨਮਾਨ ਰਿਹਾ, ਜਿਹਨੇ ਪਰਮਾਤਮਾ ਨੂੰ ਸਮਝਿਆ ਅਤੇ ਉਸ ਸਮਝ ਨੂੰ ਅੰਦਰੋਂ ਅੱਖਰਾਂ ਦੇ ਰਾਹੀਂ, ਕਵਿਤਾ ਦੇ ਰਾਹੀਂ ਪ੍ਰਗਟ ਕੀਤਾ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਥਾਂ ਥਾਂ ਤੇ ਆਪਣੇ ਆਪ ਨੂੰ ਕਹਿੰਦੇ ਹੀ ਕਵੀ ਨੇ। ਚੌਪਈ ਤੁਸੀਂ ਪੜ੍ਹਦੇ ਨੇ, ਉੱਪਰ ਲਿਖਿਆ ਕਵਿਓ ਬਾਚ ਬੇਨਤੀ ਚੌਪਈ, ਕਵਿਓ ਬਾਚ, ਕਵੀ ਦੇ ਵਚਨ। ਥਾਂ ਥਾਂ ਤੇ ਸਤਿਗੁਰੂ ਆਪਣੇ ਆਪ ਨੂੰ ਕਵੀ ਕਹਿੰਦੇ, ਮੈਂ ਇੱਕ ਕਵੀ ਹਾਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇੱਕ ਥਾਂ ਤੇ ਐਸਾ ਕਹਿੰਦੇ ਨੇ ਕਿ ਨਾਨਕ ਸਾਇਰ ਏਵ ਕਹਿਤ ਹੈ
ਸੱਚੇ ਪਰਵਰਦਿਗਾਰ। ਹੇ ਪਰਵਰਦਿਗਾਰ, ਇਹ ਜੋ ਕੁਛ ਕਹਿ ਰਿਹਾ ਇਹ ਨਾਨਕ ਸ਼ਾਇਰ ਕਹਿ ਰਿਹਾ, ਕਵੀ ਕਹਿ ਰਿਹਾ। ਪਾਤਸ਼ਾਹ ਆਪਣੇ ਆਪ ਨੂੰ ਕਵੀ ਕਹਿੰਦੇ ਨੇ। ਐਸਾ ਹੋ ਹੀ ਨਹੀਂ ਸਕਦਾ ਕਿ ਜਿਹੜਾ ਰੱਬ ਨਾਲ ਜੁੜ ਜਾਵੇ ਅਤੇ ਉਹ ਕਵੀ ਨਾ ਹੋਵੇ। ਹੋ ਜਾਂਦਾ, ਉਹਦੇ ਅੱਖਰਾਂ ਦੀ ਤਰਤੀਬ ਆ ਜਾਂਦੀ ਹੈ। ਕਵਿਤਾ ਦਾ ਪਤਾ ਜਨਮ ਕਿਸ ਤਰ੍ਹਾਂ ਹੁੰਦਾ ਹੈ? ਅੱਖਰਾਂ ਨੂੰ ਤਰਤੀਬ ਮਿਲ ਜਾਏ ਅਤੇ ਕਵਿਤਾ ਦਾ ਜਨਮ, ਆਵਾਜ਼ ਨੂੰ ਤਰਤੀਬ ਮਿਲ ਜਾਏ ਤਾਂ ਸੰਗੀਤ ਦਾ ਜਨਮ, ਵਿਚਾਰਾਂ ਨੂੰ ਤਰਤੀਬ ਮਿਲ ਜਾਏ ਅਤੇ ਫਿਲਸਫੇ ਦਾ ਜਨਮ, ਗਹਿਰਾਈਆਂ ਦਾ ਜਨਮ ਹੋ ਜਾਂਦਾ। ਪਰ ਇਹ ਸਭ ਕੁਛ ਤਾਂ ਆਉਂਦਾ ਹੈ ਜਦ ਮਨੁੱਖ ਦੀ ਸੁਰਤ ਪਰਮਾਤਮਾ ਦੇ ਨੇੜੇ ਜਾਂਦੀ, ਕਿਉਂਕਿ ਪਰਮਾਤਮਾ ਇੱਕ ਕਲਾ ਦਾ ਗਿਆਨੀ ਨਹੀਂ। ਸਾਹਿਬ ਕਹਿੰਦੇ ਨੇ, ਤੂੰ ਸਰਬ ਕਲਾ ਕਾ ਗਿਆਤਾ। ਇਹ ਅਕਾਲ ਪੁਰਖ, ਤੂੰ ਹਰ ਕਲਾ ਦਾ ਗਿਆਨੀ ਹੈ, ਤੇਰੇ ਕੋਲ ਹਰ ਤਰ੍ਹਾਂ ਦੀ ਕਲਾ ਹੈ, ਅਤੇ ਜਿਹੜਾ ਤੇਰੇ ਨੇੜੇ ਆਵੇਗਾ ਹੋ ਹੀ ਨਹੀਂ ਸਕਦਾ ਉਹ ਕਲਾਕਾਰ ਨਾ ਬਣੇ, ਉਹ ਕਲਾਕਾਰ ਬਣ ਜਾਏਗਾ। ਇਸ ਵਾਸਤੇ ਕਹਿੰਦੇ ਰਹੇ ਭਾਰਤ ਦੇ ਵਾਸੀ, ਬਈ 16 ਕਲਾ ਹੈਗੀਆਂ ਨੇ ਕ੍ਰਿਸ਼ਨ ਕੋਲ, 14 ਕਲਾ ਹੈਗੀਆਂ ਨੇ ਸ਼੍ਰੀ ਰਾਮ ਕੋਲ, ਅਤੇ ਗੁਰਬਾਣੀ ਇਸ਼ਾਰਾ ਕਰਦੀ ਹੈ 16 ਕਲਾ ਸੰਪੂਰਨ ਭਰਿਆ, ਅਨੰਤ ਕਲਾ ਹੋਏ ਠਾਕਰ ਚੜਿਆ, ਇੱਕ ਬੇਸ਼ੁਮਾਰ ਕਲਾ ਲੈ ਕੇ ਆਇਆ। ਗੁਰੂ ਨਾਨਕ ਦੀ ਤਰਫ ਇਸ਼ਾਰਾ, ਠਾਕੁਰ ਆਇਆ। ਭਗਤ ਕਲਾਕਾਰ ਹੋਵੇਗਾ, ਗੁਰੂ ਕਲਾਕਾਰ ਹੋਵੇਗਾ, ਸੰਤ ਰਿਸ਼ੀ ਕਲਾਕਾਰ ਹੋਵੇਗਾ, ਔਰ ਉਹਦੇ ਅੰਦਰੋਂ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਿਹੜਾ ਹੈ ਉਹ ਜਨਮ ਹੋਵੇਗਾ। ਕਲਾ ਉਦੋਂ ਅੰਦਰੋਂ ਜਨਮ ਲੈਂਦੀ ਹੈ ਜਦ ਹਿਰਦਾ ਬਹੁਤ ਕੋਮਲ ਹੋ ਜਾਏ, ਬਹੁਤ ਕੋਮਲ ਹੋ ਜਾਏ। ਜਿਸ ਤਰ੍ਹਾਂ ਪਥਰੇਲੀ ਧਰਤੀ ਵਿੱਚ ਫੁੱਲ ਨਹੀਂ ਫੁੱਲਦੇ, ਫੁੱਲਾਂ ਦੇ ਬੂਟੇ ਨਹੀਂ ਲੱਗਦੇ, ਪੱਥਰ ਦੇ ਥੋੜ੍ਹੀ ਉਗਾ ਸਕੋਗੇ ਤੁਸੀਂ ਗੁਲਾਬ, ਚਮੇਲੀ ਹੈ, ਗੇਂਦਾ ਹੈ, ਪੱਥਰਾਂ ਵਿੱਚ ਨਹੀਂ ਉਗਾਇਆ ਜਾ ਸਕਦਾ, ਕੋਮਲ ਜ਼ਮੀਨ ਚਾਹੀਦੀ। ਤੋ ਕਲਾ ਦਾ ਜਨਮ, ਕੋਮਲ ਹੁਨਰਾਂ ਦਾ ਜਨਮ ਜਦ ਹਿਰਦਾ ਕੋਮਲ ਹੁੰਦਾ ਹੈ ਉਦੋਂ ਹੀ ਪੈਦਾ ਹੁੰਦੇ ਨੇ, ਉਸ ਤੋਂ ਪਹਿਲੇ ਨਹੀਂ। ਅਗਰ ਬਾਹਰੋਂ ਕਿਸੇ ਨੇ ਸੰਗੀਤ ਅਤੇ ਕਵਿਤਾ ਸਿੱਖ ਵੀ ਲਈਏ ਤਾਂ ਖਿਮਾ ਕਰਨੀ, ਉਹ ਕਾਗਜ਼ੀ ਫੁੱਲਾਂ ਤੋਂ ਜ਼ਿਆਦਾ ਕੁਛ ਨਹੀਂ ਹੈ। ਪਲਾਸਟਿਕ ਦੇ ਫੁੱਲ, ਇਹ ਵੀ ਬੜੇ ਖੂਬਸੂਰਤ ਲੱਗਦੇ ਨੇ, ਬਹੁਤ ਜਿੰਦ ਜਾਨ ਕੋਈ ਨਹੀਂ, ਅਤੇ ਮੈਂ ਸਮਝਦਾ ਅਸਲੀ ਫੁੱਲਾਂ ਨਾਲੋਂ ਇਹ ਜ਼ਿਆਦਾ ਦਿਨ ਰਹਿੰਦੇ ਨੇ, ਚਮਕ ਦਮਕ ਇਹਨਾਂ ਦੀ ਬਹੁਤ ਰਹਿੰਦੀ ਹੈ, ਇਸ ਵਾਸਤੇ ਇਹਨਾਂ ਦੀ ਬੜੀ ਲੋੜ ਹੈ। ਪਰ ਕੌਣ ਹੁਣ ਤਾਜ਼ੇ ਫੁੱਲ ਲਿਆਵੇ, ਉਹਨਾਂ ਦੇ ਜਿੰਦ ਜਾਨ ਹੈ ਤਾਂ ਮੁਰਝਾ ਜਾਂਦੇ ਨੇ, ਕਿਉਂਕਿ ਜਿੱਥੇ ਜੀਵਨ ਹੈ ਉੱਥੇ ਮੌਤ ਹੈ, ਅਤੇ ਜਿੱਥੇ ਮੌਤ ਹੈ ਸਪਸ਼ਟ ਹੈ ਉੱਥੇ ਜ਼ਿੰਦਗੀ ਜ਼ਰੂਰ ਹੈ, ਜਿੱਥੇ ਮੌਤ ਹੀ ਨਹੀਂ ਉੱਥੇ ਜ਼ਿੰਦਗੀ ਕੋਈ ਨਹੀਂ, ਜੀਵਨ ਹੀ ਕੋਈ ਨਹੀਂ, ਅਤੇ ਜਿੱਥੇ ਜੀਵਨ ਹੀ ਨਹੀਂ ਉੱਥੋਂ ਜੀਵਨ ਕੀ ਮਿਲਣਾ, ਉੱਥੋਂ ਜ਼ਿੰਦਗੀ ਕੀ ਮਿਲਣੀ ਹੈ। ਤੋ ਸਹਿਜੇ ਸਹਿਜੇ ਜਿਉਂ ਬੰਦੇ ਦੀ ਜ਼ਿੰਦਗੀ ਕਿਸੇ ਹੱਦ ਤੱਕ ਕਾਗਜ਼ੀ ਫੁੱਲਾਂ ਜੈਸੀ ਆਉਂਦੀ ਜਾ ਰਹੀ ਹੈ, ਧਰਮ ਮੰਦਰਾਂ ਵਿੱਚ ਵੀ ਕਾਗਜ਼ੀ ਫੁੱਲ ਛਾ ਗਏ, ਪਲਾਸਟਿਕ ਦੇ ਫੁੱਲ ਛਾ ਗਏ। ਇਸ ਗੱਲ ਦਾ ਪ੍ਰਤੀਕ ਹੈ ਬੰਦਾ ਬਿਲਕੁਲ ਅੰਦਰੋਂ ਕਲਾ ਤੋਂ ਰਹਿਤ ਹੋ ਗਏ। ਖੈਰ ਮੁਖਤਸਰ ਕਰੀਏ, ਸੁੰਦਰ ਮਹਾਨ ਫੁੱਲ ਜਿਹੜੇ ਨੇ ਕੋਮਲ ਜ਼ਮੀਨ ਵਿੱਚ ਪੈਦਾ ਹੁੰਦੇ ਨੇ, ਪਥਰੇਲੀ ਧਰਤੀ ਵਿੱਚ ਨਹੀਂ। ਕਲਾ ਦਾ ਜਨਮ ਕੋਮਲ ਹਿਰਦਿਆਂ ਵਿੱਚ ਆਉਂਦਾ, ਕਠੋਰ ਹਿਰਦਿਆਂ ਵਿੱਚ ਆਉਂਦਾ, ਕਠੋਰ ਹਿਰਦੇ ਦੇ ਵਿੱਚੋਂ ਕਲਾ ਦਾ ਜਨਮ ਨਹੀਂ ਹੋ ਸਕਦਾ ਕੋਮਲ ਦਾ। ਅਤੇ ਜਿਸ ਤਰ੍ਹਾਂ ਜ਼ਮੀਨ ਨੂੰ ਕੋਮਲ ਕਰਨ ਵਾਸਤੇ ਹਲ ਚਲਾਉਣਾ ਪੈਂਦਾ, ਬਾਰ ਬਾਰ ਹਲ ਚਲਾਉਣਾ ਪੈਂਦਾ, ਸੁਹਾਗਾ ਫੇਰਨਾ ਪੈਂਦਾ, ਪਾਣੀ ਦੇਣਾ ਪੈਂਦਾ, ਬੜਾ ਕੁਛ ਕਰਨਾ ਪੈਂਦਾ, ਹਿਰਦਾ ਕੋਮਲ ਹੋ ਸਕੇ ਸਿਮਰਨ ਕਰਨਾ ਪੈਂਦਾ, ਸੇਵਾ ਕਰਨੀ ਪੈਂਦੀ ਹੈ, ਹੋਰ ਤਰ੍ਹਾਂ ਤਰ੍ਹਾਂ ਦੇ ਪੁੰਨ ਕਰਨੇ ਪੈਂਦੇ ਨੇ, ਜਦ ਜਾ ਕੇ ਜ਼ਮੀਨ ਹਿਰਦਾ ਕੋਮਲ ਹੁੰਦਾ ਹੈ, ਫਿਰ ਇਹਦੇ ਅੰਦਰੋਂ
ਕਲਾ ਦੇ ਫੁੱਲ ਫੁੱਟਦੇ ਨੇ, ਕਲਾ ਦੇ ਬੂਟੇ ਫੁੱਟਦੇ ਨੇ, ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਹੁੰਦਾ। ਔਰ ਸੰਸਾਰ ਦਾ ਇਤਿਹਾਸ ਭਰਿਆ ਪਿਆ, ਜਦ ਵੀ ਕਿਸੇ ਦੀ ਸੁਰਤ ਰੱਬ ਦੇ ਨੇੜੇ ਗਈ, ਉਹ ਕਵੀ ਬਣ ਗਿਆ, ਦਾਰਸ਼ਨਿਕ ਬਣ ਗਿਆ, ਫਿਲੋਸਫਰ ਬਣ ਗਿਆ, ਸੰਗੀਤਕਾਰ ਬਣ ਗਿਆ, ਵਿਚਾਰਕ ਬਣ ਗਿਆ, ਨੀਤੀ ਨਿਪੁੰਨ ਬਣ ਗਿਆ, ਜਾਂ ਹੋਰ ਕੁਛ ਦੈਵੀ ਕਲਾ ਉਸਨੂੰ ਮਿਲ ਗਈ, ਜਿਸ ਨੂੰ ਰਿੱਧੀ ਅਤੇ ਸਿੱਧੀ ਕਹਿੰਦੇ ਨੇ, ਇਹ ਵੀ ਇੱਕ ਕਲਾ ਹੈ। ਕਿਸੇ ਕੋਲ ਰਿੱਧ ਹੋਵੇ, ਸਿੱਧ ਹੋਵੇ, ਕਲਾ ਹੈ, ਹੁਨਰ ਹੈ, ਇਹ ਵੀ ਇੱਕ ਕਲਾ ਹੈ। ਹਰ ਬੰਦੇ ਕੋਲ ਨਹੀਂ ਹੁੰਦੀ, ਗੁਪਤ ਹੋ ਜਾਏ, ਪ੍ਰਗਟ ਹੋ ਜਾਏ, ਸੂਕਸ਼ਮ ਹੋ ਜਾਏ, ਅਸਥੂਲ ਹੋ ਜਾਏ, ਇਹ ਵੀ ਇੱਕ ਕਲਾ ਹੈ। ਤੋ ਅਨੰਤ ਕਲਾ ਹੋਏ ਠਾਕਰ ਚੜਿਆ, ਅਨੰਤ ਕਲਾ ਲੈ ਕੇ ਠਾਕਰ ਆਇਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਰਫ ਇਸ਼ਾਰਾ। ਤੇ ਕਲਾ ਦਾ ਜਨਮ ਅਤਿ ਕੋਮਲ ਹਿਰਦਿਆਂ ਦੇ ਛਾਉਂਦਾ। ਸਾਹਿਬ ਕਹਿੰਦੇ, ਅਨੇਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਸਦੀ ਆਤਮਾ ਦਰਵੀ ਨਹੀਂ, ਹਿਰਦਾ ਕੋਮਲ ਹੀ ਨਹੀਂ ਹੋਇਆ, ਇਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾ ਸਕਦਾ, ਇੱਥੇ ਸ਼ੁਭ ਗੁਣਾਂ ਦੇ ਫੁੱਲ ਕਿਸ ਤਰ੍ਹਾਂ ਫੁੱਟਣਗੇ, ਨਹੀਂ। ਤੋ ਭਗਤ ਦੀ ਇਹ ਪਹਿਚਾਣ ਆਉਂਦੀ ਹੈ, ਹਿਰਦਾ ਅਤੀ ਕੋਮਲ। ਤੇ ਜਦ ਹਿਰਦਾ ਅਤੀ ਕੋਮਲ ਹੈ, ਤੋ ਬਚਨ ਅਤੀ ਕੋਮਲ, ਬਚਨਾਂ ਵਿੱਚ ਕਠੋਰਤਾ ਨਹੀਂ, ਕਿਉਂਕਿ ਹਿਰਦਾ ਕਠੋਰ ਹੈ, ਤਾਂ ਹੀ ਬਚਨ ਫਿੱਕੇ ਨੇ। ਹਿਰਦਾ ਕੋਮਲ ਹੈ, ਤੋ ਬਚਨਾਂ ਵਿੱਚ ਬੜੀ ਕੋਮਲਤਾ ਆ ਜਾਂਦੀ ਹੈ, ਬੜੀ ਕੋਮਲਤਾ ਆ ਜਾਂਦੀ ਹੈ। ਇਸ ਵਾਸਤੇ ਬਾਬਾ ਫਰੀਦ ਤੇ ਉਪਦੇਸ਼ ਦਿੰਦੇ ਨੇ, ਇੱਕ ਫਿੱਕਾ ਨਾ ਗਲਾਏ ਸਬਨਾਮੇ ਸੱਚਾ ਧਣੀ। ਕੋਸ਼ਿਸ਼ ਕਰ ਫਿੱਕਾ ਭੁੱਲ ਕੇ ਵੀ ਨਾ ਬੋਲ। ਔਰ ਫਿੱਕਾ ਬੋਲ ਕੱਢਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਹੈ, ਹਿਰਦਾ ਫਿੱਕਾ, ਇਸਦਾ ਕੁਛ ਵੀ ਕੋਈ ਨਹੀਂ, ਹਿਰਦਾ ਕਠੋਰ ਹੈ, ਕੁਛ ਵੀ ਨਹੀਂ। ਜਿਉਂ ਜਿਉਂ ਬੰਦਾ ਨਾਮ ਜਪਦਾ, ਬੰਦਗੀ ਕਰਦਾ, ਸੁਰਤ ਰੱਬ ਦੇ ਨੇੜੇ ਜਾਂਦੀ ਹੈ, ਹਿਰਦਾ ਕੋਮਲ ਹੁੰਦਾ ਹੈ, ਫਿਰ ਉਹਦੇ ਅੰਦਰੋਂ ਕਲਾ ਦਾ ਜਨਮ ਹੁੰਦਾ ਹੈ। ਕਲਾ ਅਤੇ ਕੋਮਲਤਾ ਬੜੇ ਨਿਕਟ ਵਰਤੀ ਨੇ ਸ਼ਬਦ ਤੋਂ, ਕਲਾ ਔਰ ਕੋਮਲਤਾ, ਦੋਵੇਂ ਸ਼ਬਦ ਸੰਸਕ੍ਰਿਤ ਦੇ ਨੇ, ਕਲਾ ਔਰ ਕੋਮਲ। ਜੋ ਕੋਮਲ ਨਹੀਂ, ਉਹ ਕਲਾਕਾਰ ਨਹੀਂ ਹੋ ਸਕਦਾ, ਅਤੇ ਜਿੱਥੇ ਕਲਾ ਹੈ ਉੱਥੇ ਕੋਮਲਤਾ ਹੋਵੇਗੀ। ਇਹਨਾਂ ਦੋਹਾਂ ਦਾ ਚੋਲੀ ਦਾਮਨ ਦਾ ਸਾਥ ਹੈ। ਇਸ ਵਾਸਤੇ ਜਦ ਕੋਈ ਸੰਸਾਰ ਵਿੱਚ ਮਹਾਂ ਕਲਾਕਾਰ, ਮਹਾਨ ਕਲਾਕਾਰ ਪੈਦਾ ਹੋ ਜਾਏ, ਤਾਂ ਛੋਟੇ ਛੋਟੇ ਕਲਾਕਾਰ ਉਸਦੇ ਆਲੇ ਦੁਆਲੇ ਆ ਜਾਂਦੇ ਨੇ, ਐਸਾ ਵੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਵਿੱਚ 52 ਕਵੀ ਸਨ, ਦੁਨੀਆਂ ਭਰ ਦੇ ਕਲਾਕਾਰ ਉੱਥੇ ਆ ਗਏ। ਕੋਈ ਸੰਗੀਤ ਦੇ ਧਨੀ ਨੇ, ਕੋਈ ਕਵਿਤਾ ਦੇ ਧਨੀ ਨੇ, ਕੋਈ ਨੀਤੀ ਦੇ ਧਨੀ ਨੇ, ਜ਼ਿੰਦਗੀ ਦੇ ਹਰ ਪਹਿਲੂ ਦੀ ਸੂਝ ਸਮਝ ਵਾਲੇ ਪੁਰਸ਼ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਲੇ ਦੁਆਲੇ ਇਕੱਠੇ ਹੋ ਗਏ। ਕਿਉਂ? ਮਹਾਂ ਕਲਾਕਾਰ ਜਿਹੜਾ ਹੈ ਉਹ ਦੂਸਰੇ ਕਲਾਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ, ਔਰ ਦੂਸਰੇ ਲਾਜ਼ਮੀ ਉੱਥੇ ਆਉਣਗੇ। ਇਸ ਤਰ੍ਹਾਂ ਦੇ ਕਵੀ ਸਾਹਿਬਾਂ ਦੀ ਹਜ਼ੂਰੀ ਵਿੱਚ 52 ਥੋੜ੍ਹੀ ਗੱਲ ਨਹੀਂ, 52 ਕਵੀਆਂ ਦਾ ਹਰ ਵਕਤ ਨਾਲ ਹੋਣਾ ਮਾਮੂਲੀ ਗੱਲ ਨਹੀਂ, ਬਹੁਤ ਵੱਡੀ ਗੱਲ। ਇਹਨਾਂ 52 ਕਵੀਆਂ ਵਿੱਚੋਂ ਕੋਈ ਸੰਸਕ੍ਰਿਤ ਦਾ ਕਵੀ ਹੈ, ਕੋਈ ਬ੍ਰਿਜ ਭਾਸ਼ਾ ਦਾ ਹੈ, ਕੋਈ ਪੰਜਾਬੀ ਦਾ ਹੈ, ਕੋਈ ਪਰਸ਼ੀਅਨ ਵਿੱਚ ਕਵਿਤਾ ਕਰਦਾ ਹੈ, ਕੋਈ ਅਰਬੀ ਵਿੱਚ ਕਰਦਾ ਹੈ, ਅਤੇ ਇਹ ਕਵੀ ਵੀ ਉਹ ਨਹੀਂ ਸਨ ਜੋ ਸ਼ਰਾਬ ਪੀ ਕੇ ਕਵਿਤਾ ਲਿਖਦੇ ਹੋ, ਜੋ ਪੱਬ ਵਿੱਚ ਬੈਠ ਕੇ ਕੋਈ ਲਿਖਣ ਦੀ ਕੋਸ਼ਿਸ਼ ਕਰਦੇ ਹੋ, ਨਹੀਂ, ਸਿਮਰਨ ਵਿੱਚ ਬੈਠ ਕੇ, ਪ੍ਰਭੂ ਬੰਦਗੀ ਵਿੱਚ ਜਦ ਕੁਛ ਬੈਠਦੇ ਸਨ ਅਤੇ ਅੰਦਰੋਂ ਕੁਛ ਅਨੁਭਵ ਜਾਗਦੇ ਸਨ ਅਤੇ ਫਿਰ ਲਿਖਦੇ ਸਨ। ਸਾਹਿਬਾਂ ਨੇ ਇੱਕ ਦਿਨ ਇਹ ਵੇਖਣਾ ਚਾਹਿਆ, ਇਹਨਾਂ 52 ਕਵੀਆਂ ਦੇ ਚੋਂ
ਕੋਈ ਐਸਾ ਤੇ ਨਹੀਂ ਜਿਹਦੀ ਕਵਿਤਾ ਫੋਕੀ ਹੋਵੇ, ਫੋਕੀ ਤੋਂ ਮੁਰਾਦ ਬਾਹਰੋਂ ਆਈ ਹੋਵੇ, ਅੰਦਰੋਂ ਨਾ ਜਨਮੀ ਹੋਵੇ, ਅੰਦਰੋਂ ਨਾ ਫੁੱਟੀ ਹੋਵੇ। ਸਤਿਗੁਰ ਇੱਕ ਹਕੀਮ ਹੁੰਦਾ, ਸਤਿਗੁਰ ਇੱਕ ਵੈਦ ਹੁੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮਕੀ ਬੰਦਾ। ਵੈਦ ਦਾ ਕੰਮ ਹੁੰਦਾ ਵੀ ਇਹਨੂੰ ਕੋਈ ਬਿਮਾਰੀ ਤੇ ਨਹੀਂ ਵੇਖਣਾ, ਤੇ ਹੈ ਤੇ ਦੂਰ ਕਰਨਾ। ਸਤਿਗੁਰ ਦਾ ਕੰਮ ਹੈ ਸਿੱਖ ਦੇ ਰੋਗਾਂ ਨੂੰ ਕੱਟਣਾ, ਨਿਕਟਵਰਤੀ ਦੇ ਰੋਗਾਂ ਨੂੰ ਕੱਟਣਾ। ਕੀ ਰੋਗ ਹੈ ਇਹ ਗੁਰੂ ਨੂੰ ਪਹਿਚਾਣ ਹੁੰਦੀ। ਤੋ ਸਤਿਗੁਰ ਨੇ ਦੇਖਣਾ ਚਾਹਿਆ, ਇਹਨਾਂ 52 ਕਵੀਆਂ ਦੇ ਚੋਂ ਕੋਈ ਐਸਾ ਕਵੀ ਤੇ ਨਹੀਂ ਜਿਹਦੀ ਕਵਿਤਾ ਬਾਹਰੋਂ ਆਉਂਦੀ ਹੋਵੇ ਤੇ ਅੰਦਰ ਕੋਈ ਜੜ ਨਾ ਹੋਵੇ, ਬੁਨਿਆਦ ਨਾ ਹੋਵੇ, ਹਿਰਦਾ ਕੋਮਰੀ ਨਾ ਹੋਵੇ। ਤੇ ਐਸੇ ਪੁਰਸ਼ ਦਾ ਫਿਰ ਜਿਹੜਾ ਹੋਣਾ ਹੈ, ਕਵੀ ਹੋਣਾ ਹੈ, ਉਹ ਇੱਕ ਝੂਠ ਹੋਵੇਗਾ। ਤੇ ਜਿਸ ਦੀ ਕਵਿਤਾ ਅੰਦਰੋਂ ਆਉਂਦੀ ਉਹ ਕਿਸੇ ਵਕਤ ਵੀ ਕਵਿਤਾ ਨੂੰ ਆਪਣੇ ਅੰਦਰੋਂ ਜਨਮ ਦੇ ਸਕਦਾ, ਤੇ ਜਿਹੜਾ ਬਾਹਰੋਂ ਕਵਿਤਾ ਨੂੰ ਇਕੱਠਾ ਕਰਦਾ ਉਹ ਹਰ ਵਕਤ ਨਹੀਂ ਲਿਖ ਸਕੇਗਾ। ਮਾਹੌਲ ਹੋਵੇਗਾ, ਕੁਛ ਗੱਲ ਹੋਵੇਗੀ ਤਾਂ। ਇੱਕ ਦਿਨ ਸਤਿਗੁਰਾਂ ਨੇ ਖੈਮਾ ਲਾਇਆ ਔਰ ਉਸ ਬਹੁਤ ਵੱਡੇ ਤੰਬੂ ਦੇ ਵਿੱਚ ਸਾਰੇ 52 ਕਵੀਆਂ ਨੂੰ ਤੇ ਕੁਛ ਸਰੋਤਿਆਂ ਨੂੰ ਇਕੱਠਾ ਕੀਤਾ। ਪਾਉਂਟਾ ਸਾਹਿਬ ਦੀ ਇਹ ਗੱਲ ਹੈ। ਕਵੀ ਦਰਬਾਰ ਰੋਜ਼ ਸਜਦੇ ਸਨ ਪਾਉਂਟਾ ਸਾਹਿਬ, ਔਰ ਇਹ ਸਤਿਗੁਰਾਂ ਦਾ ਯਾਦਗਾਰੀ ਇਹ ਸਥਾਨ ਹੈ। ਅੱਜ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਚਲਾ ਗਿਆ, ਜਮੁਨਾ ਦੇ ਕੰਢੇ। ਸਾਰੇ ਤੰਬੂ ਦੇ ਵਿੱਚ ਇਕੱਠੇ ਹੋਏ ਬੈਠੇ ਨੇ ਆਪਣੀ ਆਪਣੀ ਥਾਂ ਤੇ। ਪਾਤਸ਼ਾਹ ਨੇ ਤਮਾਮ ਕਵੀਆਂ ਦੇ ਅੱਗੋਂ ਇੱਕ ਇੱਕ ਕਾਗਜ਼ ਰੱਖ ਦਿੱਤਾ, ਕਲਮ ਦਵਾਤ ਰੱਖ ਦਿੱਤੇ ਤੇ ਆਖਿਆ, ਚਾਰ ਚਾਰ ਪੰਕਤੀਆਂ ਦੀ ਇੱਥੇ ਕਵਿਤਾ ਬਣਾਓ, ਮੈਂ ਸਾਰਿਆਂ ਕੋਲ ਸੁਣਨੀ। ਔਰ ਸਾਰਿਆਂ ਦੀ ਕਵਿਤਾ ਸੁਣਨ ਤੋਂ ਬਾਅਦ ਹੀ ਸਮਾਪਤੀ ਹੋਵੇ। ਕਵੀ 52 ਔਰ ਕਵਿਤਾ ਲੰਮੀ ਨਾ ਹੋਵੇ, ਗੱਲ ਬਹੁਤ ਵੱਡੀ ਹੋਵੇ ਪਰ ਥੋੜ੍ਹੇ ਸ਼ਬਦਾਂ 'ਚ ਆਖੀ ਗਈ ਹੋਵੇ, ਥੋੜ੍ਹੇ ਅੱਖਰਾਂ ਦੇ 'ਚ ਆਖੀ ਗਈ ਹੋਵੇ। ਇਹ ਸਤਿਗੁਰ ਦੀ ਮੰਗ। ਤੋ ਸਾਰੇ ਲੱਗ ਪਏ ਉੱਥੇ ਕਵਿਤਾ ਲਿਖਣ, ਔਰ ਸਾਰਿਆਂ ਨੇ ਲਿਖੀ ਵੀ। ਇਹਦੇ 'ਚ ਇੱਕ ਚੰਦਨ ਨਾਮ ਦਾ ਕਵੀ ਸੀ, ਉਹਨੇ ਜਦ ਆਪਣੀ ਲਿਖੀ ਹੋਈ ਕਵਿਤਾ ਪੜ੍ਹੀ ਤੇ ਪੜ੍ਹ ਪੜ੍ਹ ਕੇ ਆਪ ਹੀ ਬਿਸਮਾਦ ਹੋਵੇ ਤੇ ਦਾਦ ਦੇ ਜਾਏ ਵੀ ਐਸੀ ਕਵਿਤਾ ਮੇਰੇ ਤੋਂ ਬਣ ਗਈ। ਜਿੱਥੇ 10 ਸੰਤ ਬੈਠੇ ਹੋਣ ਨਾ, 10 ਭਜਨੇਕ ਪੁਰਸ਼, ਤੇ ਇੱਕ ਠੱਗ ਬੈਠਾ ਹੋਵੇ, ਉਹ ਠੱਗੀ ਨਹੀਂ ਕਰ ਸਕੇਗਾ, ਕਿਉਂਕਿ 10 ਦੀ ਜਿਹੜੀਆਂ ਲਹਿਰਾਂ ਨੇ ਉਹ ਇਤਨੀਆਂ ਪ੍ਰਭਾਵਿਤ ਕਰਨਗੀਆਂ, ਉਹਦੇ ਅੰਦਰੋਂ ਠੱਗੀ ਦਾ ਜਨਮ ਨਹੀਂ ਹੋ ਸਕੇਗਾ। ਭਾਵੇਂ ਠੱਗੀ ਨਾ ਮਰੇ ਪਰ ਉਸ ਵਕਤ ਨਹੀਂ ਕਰ ਸਕੇਗਾ। ਸੱਜਣ ਠੱਗ ਸਾਰੀ ਦੁਨੀਆਂ ਨੂੰ ਠੱਗਦਾ ਰਿਹਾ, ਗੁਰੂ ਨਾਨਕ ਨੂੰ ਨਹੀਂ ਠੱਗ ਸਕੇ, ਕਦਮਾਂ 'ਤੇ ਗਿਰ ਗਏ। ਕੌਡਾ ਰਾਕਸ਼ਸ ਜਣੇ ਖਣੇ ਨੂੰ ਤਲ ਤਲ ਕੇ ਖਾਂਦਾ ਰਿਹਾ, ਗੁਰੂ ਨਾਨਕ ਨੂੰ ਨਹੀਂ ਖਾ ਸਕੇ, ਕਦਮਾਂ 'ਤੇ ਗਿਰ ਗਿਆ, ਮੱਥਾ ਟੇਕ ਛੱਡਿਆ। ਇਸ ਵਾਸਤੇ ਭਗਤ ਕਬੀਰ ਕਹਿੰਦੇ ਨੇ, ਕਬੀਰ ਧਰਤੀ ਸਾਧ ਕੇ ਤਸਕਰ ਬੈਸੇ ਗਾਏ। ਵੀ ਜਿੱਥੇ ਸਾਧੂ ਜਨ ਬੈਠੇ ਨੇ ਜਿਸ ਧਰਤੀ 'ਤੇ, ਅਤੇ ਉੱਥੇ ਤਸਕਰ ਕੋਈ ਚੋਰ ਆ ਜਾਏ, ਉੱਥੇ ਹੀ ਬੈਠ ਜਾਏ ਠੱਗ ਕੋਈ, ਤਾਂ ਧਰਤੀ ਭਾਰ ਨਾ ਪਿਆ ਭਈ ਉਨਕੋ ਲਾਹੂ ਲਾਹੇ।
ਸਾਧੂਆਂ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਉਸ ਚੋਰ ਦਾ, ਚੋਰ ਨੂੰ ਲਾਭ ਮਿਲ ਜਾਣਾ ਜਿੱਥੇ ਬਹੁਤ ਸਾਰੇ ਸਾਧੂ ਬੈਠੇ ਹੋਣ। ਉਹਨਾਂ ਦੇ ਸਰੀਰ ਦੇ ਚੋਂ ਨਿਕਲਦੀਆਂ ਗਈਆਂ ਲਹਿਰਾਂ ਇਸ ਢੰਗ ਨਾਲ ਪ੍ਰੇਰਿਤ ਕਰਨਗੀਆਂ, ਚੋਰ ਦੇ ਅੰਦਰੋਂ ਚੋਰੀ ਨਿਕਲ ਜਾਏਗੀ ਔਰ ਚੋਰੀ ਕਰਨਾ ਔਖਾ ਹੋ ਜਾਏਗਾ। ਬੜੇ ਤੋਂ ਬੜੇ ਠੱਗ ਵੀ ਕਈ ਦਫ਼ਾ ਕੰਬ ਜਾਂਦੇ ਨੇ ਐਸੇ ਮਾਹੌਲ ਵਿੱਚ ਕੁਛ ਅਨਰਥ ਕਰਨਾ। ਉਹ ਮਾਹੌਲ ਪ੍ਰੇਰਿਤ ਹੈ, ਉਹ ਵਾਤਾਵਰਣ ਜਿਹੜਾ ਹੈ ਉਹ ਪ੍ਰੇਰਿਤ ਹੈ। ਤੋ ਜਿੱਥੇ ਹੁਣ ਇਤਨੇ ਕਵੀ ਬੈਠੇ ਹੋਣ ਉੱਥੇ ਕੋਈ ਮੂੜ ਤੋਂ ਮੂੜ ਬੰਦਾ ਵੀ ਬੈਠਾ ਹੋਵੇ ਤਾਂ ਕਲਾ ਜਿਹੜੀ ਉਸਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਦੇ ਅੰਦਰੋਂ ਵੀ ਕਈ ਦਫ਼ਾ ਕਲਾ ਦਾ ਜਨਮ ਹੋ ਜਾਂਦਾ ਹੈ। ਚੰਦਨ ਮੰਨਿਆ ਪਰ ਮੰਨਿਆ ਕਵੀ ਸੀ, ਪਰ ਕੁਛ ਹੰਕਾਰੀ ਤਬੀਅਤ ਦਾ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਹੈ, ਔਗੁਣ ਬੰਦੇ ਦੀ ਕਮਜ਼ੋਰੀ ਹੈ, ਗੁਣ ਪਰਮਾਤਮਾ ਦੀ ਦੇਣ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਗੁਣ ਮਨੁੱਖ ਦੇ ਆਪਣੇ ਨਹੀਂ ਨੇ। ਅਗਰ ਕੋਈ ਬੰਦਾ ਸਿਮਰਨ ਕਰ ਰਿਹਾ ਹੈ, ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਕਵੀ ਹੈ, ਸੰਗੀਤਕਾਰ ਹੈ, ਫਿਲੋਸਫਰ ਹੈ, ਦਾਰਸ਼ਨਿਕ ਹੈ, ਲੰਗਰ ਦੀ ਸੇਵਾ ਕਰ ਰਿਹਾ, ਕੁਛ ਵੀ ਕਰ ਰਿਹਾ, ਜਿਹੜੇ ਗੁਣ ਹੈ ਮਨੁੱਖ ਦੇ ਆਪਣੇ ਕੋਈ ਨਹੀਂ, ਇਹ ਗੁਰੂ ਦੀ ਦੇਣ ਹੈ, ਅਕਾਲ ਪੁਰਖ ਦੀ ਦੇਣ ਹੈ। ਜਦੋਂ ਕੋਈ ਬੰਦਾ ਉਹਨਾਂ ਗੁਣਾਂ ਨੂੰ ਆਪਣੀ ਕ੍ਰਿਤ ਮੰਨ ਲੈਂਦਾ ਹੈ ਤਾਂ ਗੁਣ ਔਗੁਣ ਬਣ ਜਾਂਦਾ, ਫਿਰ ਉਸ ਗੁਣ ਵਿੱਚ ਕੁਛ ਵੀ ਨਹੀਂ ਰਹਿ ਜਾਂਦਾ, ਉਹ ਗੁਣ ਵੀ ਫੋਕਾ ਹੋ ਜਾਂਦਾ। ਜਦੋਂ ਬੰਦਾ ਕਹਿੰਦਾ ਨਹੀਂ ਇਹ ਗੁਣ ਤੇ ਮੇਰਾ, ਉਹ ਗੁਣ ਔਗੁਣ ਵਿੱਚ ਬਦਲ ਜਾਂਦਾ ਕਿਉਂਕਿ ਹੰਕਾਰ ਜੋ ਛਾ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਰ ਮੇਰੇ ਕੋਲ ਕੋਈ ਗੁਣ ਕਲਾ ਹੈ ਤਾਂ ਪਰਮਾਤਮਾ ਤੇਰੀ ਦਿੱਤੀ ਹੋਈ ਹੈ, ਜੀਵਨ ਤੇਰਾ ਦਿੱਤਾ ਹੋਇਆ, ਬੁੱਧ ਤੇਰੀ ਦਿੱਤੀ ਹੋਈ, ਸਮਰੱਥਾ ਤੇਰੀ ਦਿੱਤੀ ਹੋਈ, ਔਰ ਇਹ ਜਿਹੜੇ ਗੁਣ ਨੇ ਇਹ ਵੀ ਮੈਂ ਦੇਖ ਲੈਣ ਤੇਰੇ ਦਿੱਤੇ ਹੋਏ ਨੇ। ਜਿਸ ਤਰ੍ਹਾਂ ਰੋਸ਼ਨੀ ਦਾ ਕੇਂਦਰ ਸੂਰਜ ਹੈ ਅਤੇ ਅੰਧੇਰੇ ਦਾ ਕੇਂਦਰ ਕੀ ਹੈ, ਮਰਕਜ਼, ਸੈਂਟਰ। ਅੰਧੇਰਾ ਕਿੱਥੋਂ ਆਉਂਦਾ ਹੈ, ਕੋਈ ਸੈਂਟਰ ਨਹੀਂ, ਕੋਈ ਮਰਕਜ਼ ਨਹੀਂ, ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ। ਪਰ ਰੋਸ਼ਨੀ ਦਾ ਸੈਂਟਰ ਹੈ ਸੂਰਜ। ਰੋਸ਼ਨੀ ਕਿੱਥੋਂ ਆ ਰਹੀ ਹੈ, ਅਸੀਂ ਕਹਿ ਸਕਦੇ ਹਾਂ ਸੂਰਜ ਤੋਂ ਆ ਰਹੀ ਹੈ। ਅੰਧੇਰਾ ਕਿੱਥੋਂ ਆ ਰਿਹਾ, ਕੀ ਆਖਾਂਗੇ, ਕੋਈ ਮਰਕਜ਼ ਨਹੀਂ, ਉਹਦਾ ਕੋਈ ਸੈਂਟਰ ਨਹੀਂ। ਇਸ ਵਾਸਤੇ ਭਗਤ ਜਨ ਕਹਿੰਦੇ ਨੇ ਕਿ ਗੁਣਾਂ ਦਾ ਮਰਕਜ਼ ਹੈ, ਗੁਣਾਂ ਦਾ ਕੇਂਦਰ ਹੈ, ਔਗੁਣਾਂ ਦਾ ਕੋਈ ਕੇਂਦਰ ਨਹੀਂ। ਜਿਸ ਤਰ੍ਹਾਂ ਸੂਰਜ ਦਾ ਨਾ ਹੋਣਾ ਹੀ ਅੰਧਕਾਰ ਹੈ, ਗੁਣਾਂ ਦਾ ਨਾ ਹੋਣਾ ਹੀ ਔਗੁਣ ਹੈ। ਪਰ ਗੁਣਾਂ ਦਾ ਇੱਕ ਮਰਕਜ਼ ਹੈ, ਸੈਂਟਰ ਤੋਂ ਆਉਂਦੇ ਨੇ, ਮਰਕਜ਼ ਤੋਂ ਆਉਂਦੇ ਨੇ। ਔਗੁਣ ਕੀ ਨੇ, ਗੁਣਾਂ ਦਾ ਨਾ ਹੋਣਾ ਹੀ ਔਗੁਣ ਹੈ। ਸੂਰਜ ਦਾ ਨਾ ਹੋਣਾ ਹੀ ਪ੍ਰਕਾਸ਼, ਦਾ ਨਾ ਹੋਣਾ ਹੀ ਅੰਧੇਰਾ ਹੈ। ਪਰ ਅੰਧੇਰਾ ਕਿੱਥੋਂ ਆ ਰਿਹਾ, ਐਸਾ ਤੁਸੀਂ ਕੁਛ ਵੀ ਨਹੀਂ ਕਹਿ ਸਕਦੇ, ਕਿੱਥੋਂ ਆ ਰਿਹਾ, ਇਹਦਾ ਕੋਈ ਮਰਕਜ਼ ਨਹੀਂ। ਔਗੁਣਾਂ ਦਾ ਕੋਈ ਮਰਕਜ਼ ਨਹੀਂ ਹੈ, ਔਗੁਣਾਂ ਦਾ ਕੋਈ ਸੈਂਟਰ ਨਹੀਂ ਹੈ। ਇਸ ਵਾਸਤੇ ਜਿਤਨੇ ਵੀ ਸੰਸਾਰ ਦੇ ਵਿੱਚ ਭਗਤ ਹੋਏ ਨੇ ਉਹਨਾਂ ਨੇ ਇਹ ਹੀ ਆਖਿਆ, ਹੇ ਪ੍ਰਮਾਤਮਾ ਗੁਣ ਤੇਰੀ ਦੇਣ ਹੈ, ਔਗੁਣ ਸਾਡੀਆਂ ਕਮਜ਼ੋਰੀਆਂ ਨੇ। ਔਗੁਣਾਂ ਦੀ ਜ਼ਿੰਮੇਵਾਰੀ ਆਪਣੇ 'ਤੇ ਚੁੱਕੀ ਹੈ ਅਤੇ ਗੁਣ ਇਹ ਆਪਣੇ ਨਹੀਂ, ਤੇਰੀ ਦੇਣ, ਤੇਰੀ ਬਖਸ਼ਿਸ਼। ਸਭ ਗੁਣ ਤੇਰੇ ਮੈਂ ਨਾਹੀ ਕੋ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਹੋਈ। ਮੇਰੇ 'ਤੇ ਕੋਈ ਗੁਣ ਨਹੀਂ ਸੀ, ਜੇ ਤੂੰ ਮੈਥੋਂ ਕੁਛ ਲਿਖਵਾਇਆ, ਕੁਛ ਬਣਾਇਆ, ਤੇਰੀ ਦੇਣ, ਗੁਣ ਤੇਰਾ ਹੈ। ਹਮੇਸ਼ਾ ਪਰਮ ਪੁਰਖਾਂ ਨੇ ਇਸ ਗੱਲ ਨੂੰ ਤਸਲੀਮ ਕੀਤਾ ਹੈ ਕਿ ਗੁਣ ਜਿਹੜਾ ਹੈ ਪਰਮਾਤਮਾ ਦੀ ਦੇਣ ਹੈ, ਅਕਾਲ ਪੁਰਖ ਦੀ ਦੇਣ ਹੈ। ਕੋਈ ਸੇਵਾ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਦਾਨ ਕਰ ਰਿਹਾ, ਕੋਈ ਪੁੰਨ ਕਰ ਰਿਹਾ,
ਕੋਈ ਕੀਰਤਨ ਕਰ ਰਿਹਾ ਹੈ, ਕੋਈ ਵਿਚਾਰ ਕਰ ਰਿਹਾ, ਕੋਈ ਕੌਮ ਦੀ ਸੇਵਾ ਕਰ ਰਿਹਾ ਹੈ, ਕੋਈ ਦੇਸ਼ ਦੀ ਸੇਵਾ ਕਰ ਰਿਹਾ, ਕਿਸੇ ਦਾ ਹਿਰਦਾ ਕੋਮਲ ਹੈ, ਸਾਰੇ ਗੁਣ ਰੱਬੀ ਨੇ, ਮਨੁੱਖ ਦੇ ਆਪਣੇ ਕੋਈ ਨਹੀਂ, ਇੱਕ ਵੀ ਨਹੀਂ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਅਤੇ ਹੁਣ ਕੋਈ ਕਹਿ ਦੇਵੇ ਮੇਰਾ ਹੈ ਅਤੇ ਭਗਤ ਰਵਿਦਾਸ ਕਹਿੰਦੇ ਨੇ ਪਾਗਲ ਹੈ, ਜਿਹੜਾ ਆਖੇ ਨਹੀਂ ਮੈਂ ਕਵੀ ਮੈਂ ਪੰਡਿਤ, ਹਮ ਵੱਡ ਕਵੀ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਭੇ ਨਨਾਸੀ, ਕਹਿ ਰਵਿਦਾਸ ਸਭੇ ਨਹੀਂ ਸਮਝਸ, ਭੂਲ ਪਰੇ ਜੈਸੇ ਬਹੁਰੇ। ਬਹੁਰੇ ਕਹਿੰਦੇ ਨੇ ਪਗਲੇ ਨੂੰ, ਇਹ ਪਗਲੇ ਨੇ ਸਾਰੇ ਜਿਹੜੇ ਕਹਿੰਦੇ ਨੇ ਮੈਂ ਕਵੀ ਮੇਰੀ ਕਵਿਤਾ ਮਹਾਨ, ਮੈਂ ਪੰਡਿਤ ਮੈਂ ਮਹਾਂ ਵਿਦਵਾਨ, ਮੈਂ ਗਿਆਨੀ ਮੈਂ ਦਾਤਾ ਮੈਂ ਦਾਨੀ ਬਹੁਤ ਵੱਡਾ। ਤੋ ਰਵਿਦਾਸ ਕਹਿੰਦੇ ਨੇ ਪਗਲੇ ਨੇ, ਗੁਣ ਤੇ ਪਰਮਾਤਮਾ ਦੀ ਦੇਣ ਹੈ, ਉਸਦੀ ਦੇਣ ਹੈ। ਤੇ ਤੂੰ ਕਹਿ ਧੰਨਵਾਦ ਕਰ ਹੇ ਪ੍ਰਭੂ, ਤੇਰਾ ਲੱਖ ਲੱਖ ਸ਼ੁਕਰ, ਤੂੰ ਗੁਣ ਦਿੱਤੇ ਨੇ। ਤੇ ਤੂੰ ਆਖੇ ਨੇ ਗੁਣ ਮੇਰਾ, ਇਤਨੀ ਕਹਿਣ ਦੀ ਦੇਰ ਹੈ, ਗੁਣ ਔਗੁਣ ਬਣ ਜਾਏਗਾ, ਗੁਣ ਗੁਣ ਨਹੀਂ ਰਹੇਗਾ, ਗੁਣ ਖਤਮ ਹੋ ਜਾਏਗਾ। ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਤੋ ਚੰਦਨ ਜਿਹੜਾ ਬੈਠਾ ਸੀ ਉਸ ਸਭਾ ਦੇ ਚ, ਕਵਿਤਾ ਉਸਨੇ ਬਣਾਈ ਤੇ ਅੰਦਰੋਂ ਬਾਰ ਬਾਰ ਖਿਆਲ ਆਇਆ, ਭਾਵੇਂ 52 ਕਵੀ ਬੈਠੇ ਨੇ ਪਰ ਮੇਰੀ ਜੈਸੀ ਕਵਿਤਾ ਕਿਸੇ ਨੇ ਨਹੀਂ ਲਿਖੀ ਹੋਈ, ਔਰ ਮੈਂ ਮਹਾਨ ਕਵੀ। ਬਾਕੀ ਦੂਸਰੇ ਤੀਸਰੇ ਪੱਧਰ ਤੇ ਨੇ, ਪਹਿਲੇ ਪੱਧਰ ਦਾ ਕਵੀ ਮੈਂ ਹਾਂ, ਐਸਾ ਖਿਆਲ ਆਇਆ। ਫਿਰ ਖਿਆਲ ਆਇਆ ਜਿਹੜੀ ਕਵਿਤਾ ਮੈਂ ਲਿਖੀ ਹੈ ਇਹਨੂੰ ਕੌਣ ਸਮਝੇਗਾ ਇੱਥੇ, ਔਰ ਫਿਰ ਕੋਈ ਸਮਝ ਵੀ ਜਾਏ ਤਾਂ ਬਾਰ ਬਾਰ ਖਿਆਲ ਆਇਆ ਇੱਥੇ ਮਿਲਣਾ ਕੀ ਹੈ, ਫਕੀਰ ਹੈ। ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਨੇ, ਇੱਕ ਗੁਰੂ ਨੇ, ਇਹ ਕਵਿਤਾ ਜੇ ਕਿਸੇ ਮੈਂ ਬਾਦਸ਼ਾਹ ਨੂੰ ਸੁਣਾਵਾਂ, ਰਾਜੇ ਨੂੰ ਸੁਣਾਵਾਂ, ਤਾਂ ਫਿਰ ਮੈਨੂੰ ਇਨਾਮ ਨਾਲ ਮਾਲਾਮਾਲ ਕਰ ਦੇਗਾ। ਤੋ ਅੰਦਰੋਂ ਮਨ ਬੇਈਮਾਨ ਹੋ ਗਿਆ, ਵੀ ਨਹੀਂ ਸੁਣਾਉਣੀ ਕਵਿਤਾ, ਸੁਣਾਉਣੀ ਮਨ ਬਦਲ ਗਿਆ। ਜਾਣੇ ਜਾਣ ਸਤਿਗੁਰ ਸਭ ਕੁਛ ਪੜ੍ਹਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਚੰਦਨ ਨੂੰ ਇਹ ਵੀ ਖਿਆਲ ਪੈਦਾ ਹੋਇਆ ਕਿ ਜਿਹੜੀ ਕਵਿਤਾ ਮੈਂ ਲਿਖੀ ਹੈ ਇਹਦੇ ਅਰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨਹੀਂ ਸਮਝ ਸਕਦੇ। ਬਹੁਤ ਗਹਿਰੀ ਕਵਿਤਾ ਹੈ, ਜਿਹਦਾ ਕਿਸੇ ਨੇ ਸਮਝਣਾ ਹੀ ਨਹੀਂ ਤੇ ਮੈਂ ਕਿਉਂ ਸੁਣਾਵਾਂ। ਉਹ ਜਿਹੜੀ ਕਵਿਤਾ ਸੀ ਨਾ ਕਾਗਜ਼ 'ਤੇ ਲਿਖੀ ਹੋਈ, ਉਹਨੇ ਆਪਣੇ ਪੱਟਾਂ 'ਤੇ ਲਿਖ ਲਏ ਛੁਪਾ ਕੇ ਤੇ ਕਾਗਜ਼ ਫਾੜ ਦਿੱਤਾ। ਹੁਣ ਭਾਵੇਂ ਇਹ ਦਰਮਿਆਨ ਵਿੱਚ ਬੈਠਾ ਸੀ, ਮੱਧ ਦੇ ਚ ਵਿਚਕਾਰ ਬੈਠਾ ਸੀ, ਤੇ ਸਾਹਿਬਾਂ ਨੇ ਚੰਦਨ ਨੂੰ ਖੜਾ ਕੀਤਾ। ਜਦ ਕਵੀ ਦਰਬਾਰ ਸ਼ੁਰੂ ਹੋਇਆ ਤੇ ਪਾਤਸ਼ਾਹ ਨੇ ਕਿਹਾ ਚੰਦਨ ਤੂੰ ਖੜਾ, ਤੂੰ ਸੁਣਾ ਕਵਿਤਾ। ਤੇ ਚੰਦਨ ਕਹਿਣ ਲੱਗਾ ਮਹਾਰਾਜ ਆਪ ਪਹਿਲੇ ਸਿਰੇ ਤੋਂ ਸ਼ੁਰੂ ਕਰੋ, ਮੈਂ ਤੇ ਵਿਚਕਾਰ ਬੈਠਾ। ਸਾਹਿਬ ਕਹਿਣ ਲੱਗੇ ਨਹੀਂ, ਤੂੰ ਮੈਨੂੰ ਪਹਿਲੇ ਸਿਰੇ 'ਤੇ ਬੈਠਿਆ ਹੋਇਆ ਦਿਖਾਈ ਦੇਣਾ, ਤੂੰ ਮੈਨੂੰ ਪਹਿਲੇ ਬੈਠਾ ਹੋਇਆ ਦਿਖਾਈ ਦੇਣਾ, ਇਸ ਵਾਸਤੇ ਤੂੰ ਸੁਣਾ। ਅਤੇ ਕਹਿਣ ਲੱਗਾ ਮਹਾਰਾਜ ਮੈਥੋਂ ਕਵਿਤਾ ਨਹੀਂ ਬਣ ਸਕੀ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਬਹੁਤ ਕੋਸ਼ਿਸ਼ ਕੀਤੀ ਹੈ, ਨਹੀਂ ਬਣੀ। ਅਤੇ ਜਦ ਬਣੀ ਨਹੀਂ ਤਾਂ ਮੈਂ ਹੁਣ ਕੀ ਸੁਣਾਵਾਂ। ਸਾਹਿਬ ਕਹਿਣ ਲੱਗੇ ਫਿਰ ਹੁਣ ਅਸੀਂ ਕਿਸੇ ਕੋਲ ਵੀ ਨਹੀਂ ਸੁਣਨੇ, ਤੂੰ ਸ਼ੁਰੂਆਤ ਦੇ ਵਿੱਚ ਹੀ ਗਲਤ ਕੰਮ ਕਰ ਛੱਡੇ। ਕਿਹਾ ਨਹੀਂ, ਕਵਿਤਾ ਬਣੀ ਨਹੀਂ, ਹੁਣ ਅਸੀਂ ਨਹੀਂ ਸੁਣਨੇ, ਹੁਣ ਸਾਡੀ ਰੁਚੀ ਨਹੀਂ, ਕਿਸੇ ਦੀ ਵੀ ਨਹੀਂ ਸੁਣਨੀ। ਅਤੇ ਪਾਤਸ਼ਾਹ ਕਹਿਣ ਲੱਗੇ ਹੁਣ ਸਾਰੇ ਮੇਰੇ ਨਾਲ ਚਲੋ ਜਮਨਾ 'ਤੇ, ਉੱਥੇ ਇਸ਼ਨਾਨ ਕਰਾਂਗੇ।
ਭਾਵੇਂ ਵਕਤ ਸ਼ਾਮ ਦਾ ਸੀ ਤੇ ਚੰਦਨ ਨੇ ਸੋਚਿਆ ਮੈਂ ਲਿਖੀ ਇਹ ਕਵਿਤਾ ਉੱਤੇ ਦੁੱਲ ਜਾਏਗੀ ਜਮੁਨਾ ਵਿੱਚ ਮਿਟ ਜਾਏਗੀ। ਤੋ ਅੰਦਰ ਦਾ ਚੋਰ ਬੋਲ ਪਿਆ ਵੀ ਸਤਿਗੁਰ ਨੂੰ ਗੱਲ ਦਾ ਪਤਾ ਚੱਲ ਗਿਆ, ਗੱਲ ਜਾਣ ਲਈ, ਹਿਰਦੇ ਦੀ ਗੱਲ ਜਾਣ ਲਈ। ਤੋ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਪਾਤਸ਼ਾਹ ਇਹ ਜਿਹੜਾ ਇਸ਼ਨਾਨ ਕਰਨ ਦਾ ਹੁਕਮ ਹੈ ਨਾ ਇਹ ਵਾਪਸ ਲੈ ਲਓ, ਕਵਿਤਾ ਮੈਂ ਸੁਣਾ ਦਿੰਦਾ, ਮੈਂ ਬਣਾਈ ਬਣੀ ਹੈ ਮੈਂ ਸੁਣਾ ਦਿੰਦਾ। ਪਰ ਸਾਹਿਬ ਕਹਿਣ ਲੱਗੇ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਪਹਿਲੇ ਕਿਉਂ ਇਨਕਾਰੀ ਹੋਇਆ, ਤੂੰ ਇਹ ਝੂਠ ਕਿਉਂ ਬੋਲਿਆ, ਨਹੀਂ ਬਣੀ ਕਵਿਤਾ, ਮੈਂ ਨਹੀਂ ਲਿਖੀ, ਐਸੀ ਗਲਤ ਬਿਆਨੀ ਤੂੰ ਕਿਉਂ ਕੀਤੀ। ਕਹਿਣ ਲੱਗਾ ਪਾਤਸ਼ਾਹ ਦੋ ਤਿੰਨ ਭਾਵ ਪੈਦਾ ਹੋਏ, ਇੱਕ ਤੇ ਇਹ ਕਿ ਮੈਨੂੰ ਬਾਰ ਬਾਰ ਖਿਆਲ ਆਉਂਦਾ ਔਰ ਅਜੇ ਵੀ ਕਿ ਕਵਿਤਾ ਮੇਰੀ ਬੜੀ ਗਹਿਰੀ ਹੈ, ਸ਼ਿੰਗਾਰ ਰਸ ਦੀ ਹੈ, ਨੌ ਰਸ ਹੁੰਦੇ ਨੇ ਕਵਿਤਾ ਦੇ, ਹਾਸੇ ਰਸ, ਕਰਣਾ ਰਸ, ਬਿਸਮਾਦ ਰਸ, ਬੀਰ ਰਸ, ਰੋਦਰ ਰਸ, ਇਸੇ ਤਰੀਕੇ ਦੇ ਨਾਲ ਸ਼ਿੰਗਾਰ ਰਸ, ਉਂਝ ਸ਼ਾਂਤ ਰਸ ਦੀ ਵੀ ਕਵਿਤਾ ਹੁੰਦੀ ਹੈ, ਨੌ ਰਸ ਮੰਨੇ ਨੇ ਵਿਦਵਾਨਾਂ ਨੇ। ਕੋਈ ਕਵਿਤਾ ਸੁਣਦਿਆਂ ਅਤੇ ਪੜ੍ਹਦਿਆਂ ਅਸੀਂ ਹੱਸ ਪਈਏ ਉਹਦੇ 'ਚ ਹਾਸੇ ਰਸ ਹੈ, ਇਹ ਮਨ ਦੀ ਇੱਕ ਹਾਲਤ ਹੈ। ਪੜ੍ਹ ਕੇ ਅਤੇ ਸੁਣ ਕੇ ਜਾਂ ਕੁਝ ਘਟਨਾ ਵੇਖ ਕੇ ਰੋ ਪਈਏ ਤਾਂ ਫਿਰ ਉਹ ਕਰਨਾ ਰਸ ਹੈ। ਪੜ੍ਹ ਕੇ ਅਤੇ ਸੁਣ ਕੇ ਜਦ ਭਿਆਨਕਤਾ ਦੇ ਚਲੇ ਜਾਈਏ, ਕੋਈ ਡਰਾਵਣਾ ਦ੍ਰਿਸ਼ ਪੈਦਾ ਹੋ ਜਾਏ, ਉਹ ਰੋਦਰ ਰਸ ਹੈ। ਜਿਵੇਂ ਕਿਸੇ ਥਾਂ ਕੋਈ ਜਮਾਂ ਦਾ ਜਾਂ ਨਰਕ ਦਾ ਤਖੀਅਲ ਖਿੱਚਿਆ ਜਾਏ, ਉੱਥੇ ਫਿਰ ਉਹ ਭਿਆਨਕ ਰਸ ਹੋ ਜਾਂਦਾ। ਕੋਈ ਕਵਿਤਾ ਸੁਣ ਕੇ ਅਤੇ ਪੜ੍ਹ ਕੇ ਖੂਨ ਖੋਲਣ ਲੱਗ ਪਏ, ਅੰਦਰ ਜੋਸ਼ ਪੈਦਾ ਹੋ ਜਾਏ, ਬੀਰ ਰਸ ਹੈ। ਇਸੇ ਤਰੀਕੇ ਨਾਲ ਜਿਸ ਵਿੱਚ ਸੁੰਦਰਤਾ ਦਾ ਵਰਣਨ ਹੋਵੇ, ਪ੍ਰਕਿਰਤੀ ਦੀ ਸੁੰਦਰਤਾ, ਪਸ਼ੂ ਪੰਖੀਆਂ ਦੀ ਸੁੰਦਰਤਾ ਜਾਂ ਮਨੁੱਖੀ ਸੁੰਦਰਤਾ ਜਾਂ ਰੱਬ ਦੀ ਸੁੰਦਰਤਾ, ਉਹਨੂੰ ਫਿਰ ਸ਼ਿੰਗਾਰ ਰਸ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਰ ਰਸ ਦੀ ਕਹਾਣੀ ਹੈ, ਹਰ ਰਸ ਮੌਜੂਦ ਹੈ। ਕਵਿਤਾ ਇਸਨੇ ਸ਼ਿੰਗਾਰ ਰਸ ਦੇ ਵਿੱਚ ਲਿਖੀ ਸੀ। ਕਹਿੰਦਾ ਪਾਤਸ਼ਾਹ ਇੱਥੇ ਸ਼ਿੰਗਾਰ ਰਸ ਦੇ ਕੋਈ ਪੰਡਿਤ ਬੈਠੇ ਹੋਣ ਮੈਨੂੰ ਦਿਖਾਈ ਨਹੀਂ ਦਿੰਦੇ ਸੀ, ਕੋਈ ਸ਼ਾਂਤ ਰਸ ਦੇ ਕਵੀ ਬੈਠੇ ਨੇ, ਕੋਈ ਬੀਰ ਰਸ ਦੇ ਕਵੀ ਬੈਠੇ ਨੇ, ਕੋਈ ਰੋਦਰ ਰਸ ਦੇ ਕਵੀ ਬੈਠੇ ਨੇ, ਕੋਈ ਅਧਿਆਤਮਿਕ ਰਸ ਦੇ ਕਵੀ ਬੈਠੇ ਨੇ, ਮੈਨੂੰ ਨਹੀਂ ਕੋਈ ਦਿਖਾਈ ਦਿੱਤਾ ਕਿ ਇੱਥੇ ਕੋਈ ਸ਼ਿੰਗਾਰ ਰਸ ਦਾ ਕਵੀ ਵੀ ਬੈਠਾ ਹੋਵੇ। ਇਸ ਵਾਸਤੇ ਮੇਰੀ ਆਤਮਾ ਨਹੀਂ ਮੰਨੀ ਸੁਣਾਉਣ ਨੂੰ, ਵੀ ਮੇਰੀ ਕਵਿਤਾ ਨੂੰ ਕੋਈ ਸਮਝ ਸਕੇ, ਮੇਰਾ ਦਿਲ ਦਿਮਾਗ ਨਹੀਂ ਮੰਨਿਆ। ਅਤੇ ਦੂਸਰਾ ਇਹ ਭਾਵ ਵੀ ਪੈਦਾ ਹੋਇਆ ਕਿ ਚਲੋ ਕੋਈ ਸਮਝ ਵੀ ਜਾਏ ਤਾਂ ਮੈਨੂੰ ਇੱਥੇ ਇਨਾਮ ਕੀ ਮਿਲੇਗਾ, ਕੁਛ ਵੀ ਨਹੀਂ, ਇਹ ਵੀ ਖਿਆਲ ਪੈਦਾ ਹੋਇਆ। ਇਸ ਵਾਸਤੇ ਮਹਾਰਾਜ ਮੈਂ ਇਨਕਾਰੀ ਹੋ ਗਿਆ, ਨਹੀਂ ਸੁਣਾਇਆ। ਸਾਹਿਬ ਕਹਿਣ ਲੱਗੇ ਚੰਦਨ ਤੂੰ ਬਹੁਤ ਮਾੜਾ ਕੀਤਾ ਪਰ ਬਖਸ਼ਿੰਦ ਹੈ ਸਾਧ ਸੰਗਤ, ਤੇਰੇ ਦੋਵੇਂ ਭੁਲੇਖੇ ਦੂਰ ਕਰਨੇ ਪੈਣਗੇ ਕਿਉਂਕਿ ਤੂੰ ਸਾਡੇ ਕੋਲ ਰਹਿੰਦਾ ਔਰ ਸਾਨੂੰ ਚੰਗਾ ਲੱਗਦਾ। ਹੁਣ ਇੰਨੇ ਵੀ ਕੋਈ ਗੁਸਤਾਖੀ ਕਰੇ ਤੇ ਫਿਰ ਸਤਿਗੁਰ ਆਖਣ ਸਾਨੂੰ ਚੰਗਾ ਲੱਗਦਾ, ਬੜਾ ਵੱਡਾ ਜਿਗਰਾ ਹੁੰਦਾ ਸਤਿਪੁਰਸ਼ਾਂ ਦਾ, ਬਹੁਤ ਵੱਡਾ, ਬਹੁਤ ਵੱਡੀ ਗੱਲ ਆਉਂਦੀ। ਸਾਹਿਬਾਂ ਨੇ ਚੌਬਦਾਰ ਨੂੰ ਆਵਾਜ਼ ਮਾਰੀ ਤੇ ਆਖਿਆ ਬੁਲਾ ਲਿਆ ਧੰਨਾ ਸਿੰਘ ਨੂੰ। ਧੰਨਾ ਸਿੰਘ
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਦੀ ਸੇਵਾ ਕਰਦਾ ਹੁੰਦਾ ਸੀ, ਖਰਖਰਾ ਕਰਨਾ, ਮਾਲਿਸ਼ ਕਰਨੀ ਘੋੜੇ ਦੀ, ਅਤੇ ਘਾਸ ਖੋਦ ਕੇ ਲਿਆਉਣੀ, ਦਾਣਾ ਪੱਠਾ ਪਾਉਣਾ ਘੋੜੇ ਨੂੰ, ਇਹ ਉਸਦਾ ਰੋਜ਼ ਦਾ ਕੰਮ ਸੀ। ਸੇਵਾ ਵਿੱਚ ਲੀਨ ਰਹਿੰਦਾ ਸੀ, ਘੋੜਾ ਜਿਉਂ ਬਾਹਰੋਂ ਆਵੇ ਅਸਤਬਲ ਵਿੱਚ ਇਹ ਸੇਵਾ ਵਿੱਚ ਲੱਗ ਜਾਂਦਾ ਸੀ, ਘੋੜੇ ਦੀ ਸੇਵਾ ਕਰਨ ਦੇ ਵਿੱਚ ਲੀਨ ਰਹਿੰਦਾ ਸੀ। ਸਾਹਿਬਾਂ ਨੂੰ ਜਿਸ ਵਕਤ ਘੋੜਾ ਚਾਹੀਦਾ ਹੋਵੇ, ਇੱਕਦਮ ਕਾਠੀ ਜ਼ੀਨ ਪਾ ਕੇ ਤਿਆਰ ਕਰਕੇ ਪੇਸ਼ ਕਰ ਦਿੰਦਾ ਸੀ। ਇਸ ਦੀ ਸੇਵਾ, ਅਤੇ ਜਿਸ ਵਕਤ ਚੌਬਦਾਰ ਗਿਆ ਬੁਲਾਉਣ ਵਾਸਤੇ ਧੰਨੇ ਸਿੰਘ, ਉਦੋਂ ਖਰਖਰਾ ਕਰ ਰਿਹਾ ਸੀ ਘੋੜੇ 'ਤੇ, ਮਾਲਿਸ਼ ਕਰ ਰਿਹਾ ਸੀ, ਆਖਿਆ ਸਤਿਗੁਰ ਬੁਲਾਉਂਦੇ ਨੇ। ਤੂੰ ਵਿੰਗੀ ਟੇੜੀ ਪੱਗ ਬੰਨੀ ਹੋਈ, ਹੱਥ ਮੈਲੇ ਸਨ, ਘੋੜੇ ਦੀ ਸੇਵਾ ਕਰ ਰਿਹਾ ਸੀ, ਘਾਸ ਪੱਠਾ ਉਸਨੇ ਪਾਇਆ ਸੀ। ਇੰਨੀ ਗੱਲ ਜਦ ਚੌਬਦਾਰ ਨੇ ਆਖੀ ਨਾ, ਤੂੰ ਉਸੇ ਤਰੀਕੇ ਨਾਲ ਹੀ ਭੱਜ ਪਏ, ਨਹੀਂ ਦੇਖਿਆ ਮੇਰੀ ਪੱਗ ਟੇੜੀ ਹੈ, ਹੱਥ ਮੇਰੇ ਨਹੀਂ ਠੀਕ, ਕੋਈ ਸਤਿਗੁਰ ਨੇ ਯਾਦ ਕੀਤਾ, ਭੱਜ ਪਏ। ਤੰਬੂ ਦੇ ਵਿੱਚ ਪਹੁੰਚਿਆ, ਦੁਨੀਆਂ ਭਰ ਦੇ ਵਿਦਵਾਨ ਜਿੱਥੇ ਬੈਠੇ ਸਨ, ਆਲਮ ਸਿਆਣੇ ਮਨੁੱਖ ਬੈਠੇ ਸਨ, ਰੋਸ਼ਨ ਦਿਮਾਗ। ਸਾਹਿਬਾਂ ਨੂੰ ਜਾ ਕੇ ਮੱਥਾ ਟੇਕਿਆ ਅਤੇ ਆਖਿਆ ਹੁਕਮ ਪਾਤਸ਼ਾਹ। ਮਹਾਰਾਜ ਕਹਿਣ ਲੱਗੇ, ਗੱਲ ਸੁਣ ਧੰਨਾ ਸਿੰਘ, ਇੱਕ ਕਵਿਤਾ ਚੰਦਨ ਨੇ ਲਿਖੀ ਹੈ, ਉਹਦੇ ਅਰਥ ਸਾਨੂੰ ਨਹੀਂ ਆਉਂਦੇ ਅਤੇ ਇਹਨਾਂ ਕਵੀਆਂ ਨੂੰ ਵੀ ਨਹੀਂ ਆਉਂਦੇ, ਅਤੇ ਤੂੰ ਅਰਥ ਕਰ, ਉਸ ਕਵਿਤਾ ਦੇ ਅਰਥ ਤੂੰ ਕਰ। ਅਤੇ ਧੰਨਾ ਸਿੰਘ ਨੇ ਫਿਰ ਮੱਥਾ ਟੇਕਿਆ ਨਾ, ਅਤੇ ਪਾਤਸ਼ਾਹ ਨੇ ਥਾਪੜਾ ਲਾਇਆ, ਅਸੀਸ ਦਿੱਤੀ। ਚੰਦਨ ਭੁੱਲ ਗਿਆ ਸੀ, ਉਹ ਘਰ ਹੈ ਕਿ ਗੁੰਗੇ ਦੇ ਉੱਤੇ ਛੜੀ ਰੱਖ ਦਿੱਤੀ ਸੀ ਗੁਰੂ ਹਰਕ੍ਰਿਸ਼ਨ ਜੀ ਨੇ, ਅਤੇ ਗੀਤਾ ਦੇ ਅਰਥ ਕਰਾ ਦਿੱਤੇ ਸਨ, ਇਹ ਘਰ ਉਹ ਸੀ। ਭੁੱਲ ਗਿਆ ਸੀ ਚੰਦਨ। ਅਤੇ ਧੰਨਾ ਸਿੰਘ ਕਹਿਣ ਲੱਗਾ, ਚੰਦਨ ਹੁਣ ਤੂੰ ਆਪਣੀ ਕਵਿਤਾ ਸੁਣਾ। ਅਤੇ ਚੰਦਨ ਬੜੀ ਨਫ਼ਰਤ ਭਰੀ ਨਿਗਾਹ ਨਾਲ ਦੇਖੇ, ਵੀ ਕਰਦਾ ਸਾਰਾ ਦਿਨ ਖਰਖਰਾ, ਘੋੜੇ ਨੂੰ ਮਾਲਿਸ਼ ਕਰਦਾ, ਲਿੱਦ ਚੁੱਕਦਾ, ਘੋੜੇ ਨੂੰ ਪੱਠੇ ਪਾਉਂਦਾ, ਦਾਣੇ ਪਾਉਂਦਾ, ਔਰ ਬਾਹਰ ਜੰਗਲ ਦੇ ਵਿੱਚੋਂ ਘਾਸ ਖੋਦ ਕੇ ਲਿਆਂਦਾ, ਤਾਂ ਹੁਣ ਮੈਨੂੰ ਕਹਿੰਦਾ ਕਵਿਤਾ ਸੁਣਾ। ਚੰਦਨ ਕਹਿਣ ਲੱਗਾ, ਪਾਤਸ਼ਾਹ ਸੁਣਾਉਣ ਤਾਂ ਮੈਂ ਲੱਗਿਆ, ਪਰ ਇਹ ਕਵੀ ਦਾ ਮਜ਼ਾਕ ਹੈ, ਇਸ ਬੰਦੇ ਨੂੰ ਸੁਣਾਵਾਂ, ਇਹ ਤਾਂ ਘੋੜੇ ਦੀ ਮਾਲਿਸ਼ ਕਰਦਾ, ਇਹ ਤਾਂ ਘੋੜੇ ਨੂੰ ਸਾਰਾ ਦਿਨ ਦਾਣੇ ਪੱਠੇ ਪਾਉਂਦਾ, ਅਸਤਬਲ ਦੇ ਵਿੱਚੋਂ ਨਿਕਲਦਾ ਹੀ ਨਹੀਂ, ਜਿੱਥੇ ਘੋੜਾ ਬਣਿਆ ਉੱਥੇ ਹੀ ਰਹਿੰਦਾ, ਰਾਤ ਨੂੰ ਉੱਥੇ ਹੀ ਸੌ ਜਾਂਦਾ, ਇਸ ਬੰਦੇ ਨੂੰ ਮੈਂ ਕਵਿਤਾ ਸੁਣਾਵਾਂ। ਸਾਹਿਬ ਕਹਿਣ ਲੱਗੇ, ਮੈਂ ਸੱਚ ਕਹਿੰਦਾ ਚੰਦਨ, ਕਵਿਤਾ ਦੇ ਅਰਥ ਇਹ ਹੀ ਕਰੇਗਾ ਤੇਰੀ। ਹੁਣ ਚੰਦਨ ਸੁਣਾਉਂਦਾ ਤੇ ਹੈ, ਪਰ ਅੰਦਰੋਂ ਅਜੇ ਇਹ ਹੀ ਖਿਆਲ ਹੈ ਕਿ ਸਤਿਗੁਰ ਮੇਰੇ ਨਾਲ ਮਜ਼ਾਕ ਕਰ ਰਿਹਾ, ਇਹਨੇ ਕੀ ਸਮਝਣਾ। ਉਹਦੀ ਜਿਹੜੀ ਕਵਿਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, 52 ਕਵੀਆਂ ਦੀ ਕਵਿਤਾਵਾਂ ਔਰ ਉਹਨਾਂ ਦੀ ਅਣਗਿਣਤ ਰਚਨਾਵਾਂ ਜਿਹੜੀਆਂ ਅਲੱਗ ਅਲੱਗ ਨੇ ਉਹ ਵੀ ਛਪ ਚੁੱਕੀਆਂ ਨੇ, ਸ਼੍ਰੋਮਣੀ ਕਮੇਟੀ ਨੇ ਛਾਪੀਆਂ ਨੇ, ਜਿਹੜੇ 52 ਕਵੀ ਸਤਿਗੁਰਾਂ ਦੇ ਹਜ਼ੂਰੀ ਸਨ। ਚੰਦਨ ਨੇ ਜਿਹੜਾ ਛੰਦ ਸੁਣਾਇਆ ਉਹ ਇਹ ਸੀ, ਸੂਰਜ ਪ੍ਰਕਾਸ਼ ਦੇ ਜੋ ਲਿਖਿਆ, ਨੌ ਸਾਧ ਧੀਏ ਨੌ ਸਾਧ ਕੀਏ ਨੌ ਸਾਧ ਪੀਏ ਨੌ ਸਾਧ ਪਿਆਏ ਨੌ ਸਾਧ ਰਚੇ ਨੌ ਸਾਧ ਵਧੇ ਨੌ ਸਾਧ ਪੀਆ ਪਰ ਦਾਇਕ ਪਾਏ ਜੀਤ ਕਲਾ ਨਵ ਸਾਧਨ ਕੀ
ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵਿ ਚੰਦਨ ਚੰਦ ਕਲੇਵਰ ਛਾਏ। ਐ ਉਸਨੇ ਚਾਰ ਪੰਕਤੀਆਂ ਦਾ ਛੰਦ ਸਾਹਿਬਾਂ ਦੇ ਅੱਗੋਂ ਰੱਖਿਆ ਤੇ ਭਾਈ ਸਾਹਿਬ ਭਾਈ ਧੰਨਾ ਸਿੰਘ ਕਹਿਣ ਲੱਗੇ, ਗੁਰਮੁਖਾ ਤੇਰੀ ਕਵਿਤਾ ਦੇ ਅਰਥ ਮੈਂ ਹੁਣ ਕਵਿਤਾ ਵਿੱਚ ਕਰਨੇ ਨੇ। ਹੁਣ ਕਵਿਤਾ ਦੇ ਅਰਥ, ਕਵਿਤਾ ਦੇ ਚੋਵਨ ਗੱਲ ਕੋਈ ਮਾਮੂਲੀ, ਬਹੁਤ ਵੱਡੀ ਗੱਲ, ਇਹ ਮਾਮੂਲੀ ਗੱਲ ਨਹੀਂ। ਅਤੇ ਕਵਿਤਾ ਦੇ ਅਰਥ ਉਹ ਕਵਿਤਾ ਵਿੱਚ ਕਰੇ ਜੋ ਸਾਰਾ ਦਿਨ ਘੋੜੇ ਦੀ ਸੇਵਾ ਕਰਦਾ ਔਰ ਅਨਪੜ੍ਹ ਬੰਦਾ, ਬਿਲਕੁਲ ਅਨਪੜ੍ਹ। ਗੁਰਮਤਿ ਇਤਿਹਾਸ ਸਾਡਾ ਇਹ ਕਹਿੰਦਾ ਬਿਲਕੁਲ ਅਨਪੜ੍ਹ ਸੀ, ਕੋਈ ਅੱਖਰ ਨਹੀਂ ਪੜ੍ਹਿਆ ਸੀ, ਬਸ ਘੋੜੇ ਦੀ ਮਾਲਿਸ਼ ਹੀ ਕਰਦਾ ਰਹਿੰਦਾ ਸੀ, ਅਸਤਬਲ ਦੀ ਸੇਵਾ ਕਰਦਾ ਰਹਿੰਦਾ ਸੀ। ਘੋੜਾ ਬਾਹਰ ਗਿਆ ਅਸਤਬਲ ਨੂੰ ਸਫਾ ਕਰਨਾ, ਘੋੜਾ ਆ ਗਿਆ ਅਤੇ ਘੋੜੇ ਦੀ ਸੇਵਾ ਕਰਨੀ, ਬਸ ਇਸੇ ਹੀ ਸੇਵਾ ਦੇ ਚਲੀਨ ਰਹਿੰਦਾ ਸੀ। ਅਤੇ ਕਹਿਣ ਲੱਗਾ ਚੰਦਨ ਮੈਂ ਤੇਰੀ ਕਵਿਤਾ ਦੇ ਅਰਥ ਕਵਿਤਾ ਵਿੱਚ ਕਰਨੇ ਨੇ। ਤੋ ਭਾਈ ਧੰਨਾ ਸਿੰਘ ਦੀ ਕਵਿਤਾ ਸੁਣਾਉਣ ਤੋਂ ਪਹਿਲੇ ਮੈਂ ਚੰਦਨ ਦੀ ਕਵਿਤਾ ਦੇ ਅਰਥ ਤੁਹਾਡੇ ਸਾਹਮਣੇ ਰੱਖਦੇ ਹਾਂ ਅਤੇ ਫਿਰ ਸਮਝ ਪੈ ਗਈ, ਕਿਉਂਕਿ ਬ੍ਰਿਜ ਭਾਸ਼ਾ ਵਿੱਚ ਹੀ ਅਰਥ ਕੀਤੇ ਨੇ ਧੰਨਾ ਸਿੰਘ ਜੀ ਨੇ। ਅਤੇ ਕਵਿਤਾ ਹੈ ਬ੍ਰਿਜ ਭਾਸ਼ਾ ਦੀ, ਨਵ ਸਾਤ ਧੀਏ ਚੰਦਨ ਕਹਿ ਰਹੇ ਨੇ, ਨੌ ਤੇ ਸੱਤ 16 ਵਰਿਆਂ ਦੀ ਇਸਤਰੀ, ਨਵ ਸਾਤ ਕੀਏ ਉਹਨੇ ਨੌ ਤੇ ਸੱਤ 16 ਸ਼ਿੰਗਾਰ ਕੀਤੇ, ਨੌ ਸਾਤ ਪੀਏ ਉਹਦਾ ਜਿਹੜਾ ਪਤੀ ਸੀ ਉਹ ਵੀ ਨੌ ਤੇ ਸੱਤ 16 ਵਰਿਆਂ ਦਾ ਸੀ, ਨੌ ਸਾਤ ਪਿਆ ਹੈ ਨੌ ਤੇ ਸੱਤ 16 ਦਿਨਾਂ ਬਾਅਦ ਉਹਦਾ ਜਿਹੜਾ ਪਤੀ ਸੀ ਪ੍ਰਦੇਸ਼ ਤੋਂ ਘਰ ਆਇਆ। ਇੱਕ ਪੰਕਤੀ ਦੇ ਜਿਤਨੇ ਅਰਥ ਨੇ, ਉਹਦੀ ਸ਼ੈਲੀ ਕਵਿਤਾ ਦੀ ਸ਼ਬਦਾਵਲੀ ਤੋਂ ਪਤਾ ਚੱਲਦਾ ਬੰਦਾ ਮਾਮੂਲੀ ਨਹੀਂ ਸੀ, ਖਾਸ ਦੁਨੀਆ ਦਾ ਮਾਲਕ ਸੀ। ਨਵ ਸਾਤ ਧੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆ ਹੈ, ਨਵ ਸਾਤ ਰਚੇ ਨਵ ਸਾਤ ਬਦੇ ਨਵ ਸਾਤ ਪਿਆ ਪਰਦਾਇਕ ਪਾਏ। ਨੌ ਤੇ ਸੱਤ 16 ਕਲਾਂ ਦੀ ਜਿਹੜੀ ਚੋਪੜ ਹੈ ਨਾ ਉਹ ਵਿਛਾਈ ਗਈ ਸ਼ਤਰੰਜ, ਇੱਥੇ ਤੇ ਮੈਂ ਨਹੀਂ ਦੇਖਿਆ ਪਰ ਤਮਾਮ ਅਰਬ ਦੇਸ਼, ਇਰਾਨ, ਅਫਗਾਨਿਸਤਾਨ ਅਤੇ ਹਿੰਦੁਸਤਾਨ ਵਿੱਚ ਕਿਧਰੇ ਕਿਧਰੇ ਸ਼ਤਰੰਜ ਖੇਡੀ ਜਾਂਦੀ ਹੈ, ਚੌਪੜ ਦੀ ਖੇਡ, ਸ਼ਤਰੰਜ ਦੀ ਖੇਡ ਮੁਗਲ ਹਿੰਦੁਸਤਾਨ ਵਿੱਚ ਲਿਆ, ਜਿੱਧਰ ਜਿੱਧਰ ਮੁਗਲ ਗਏ ਨੇ ਉੱਧਰ ਉੱਧਰ ਸ਼ਤਰੰਜ ਦੀ ਖੇਡ ਗਈ ਹੈ। ਉਹਦੇ 'ਚ ਬਾਦਸ਼ਾਹ ਆਉਂਦਾ, ਪਿਆਦੇ ਆਉਂਦੇ ਨੇ, ਵਜ਼ੀਰ ਆਉਂਦੇ ਨੇ ਔਰ ਬਕਾਇਦਾ ਇੱਕ ਚੌਪੜ ਵਿਛਾ ਦਿੱਤੀ ਜਾਂਦੀ ਹੈ, ਉਹ ਖੇਡ ਖੇਡੇ ਜਾਂਦੇ। ਮੈਂ ਬਗਦਾਦ ਵਿੱਚ ਦੇਖ ਕੇ ਦੰਗ ਰਹਿ ਗਿਆ ਕਿ ਹਰ ਹੋਟਲ ਦੀ ਜਿਹੜੀ ਟੇਬਲ ਹੈ ਨਾ ਉਹਦੇ ਉੱਤੇ ਸ਼ਤਰੰਜ ਬਣੀ ਹੈ। ਕੋਈ 400-500 ਮੀਲ ਦਾ ਸੀ ਸਫ਼ਰ ਕੀਤਾ ਕੁਵੈਤ ਤੋਂ ਲੈ ਕੇ ਬਗਦਾਦ ਤੱਕ, ਰਸਤੇ ਜੋ ਦੇਖਿਆ ਦੰਗ ਰਹਿ ਗਏ, ਹਰ ਟੇਬਲ ਦੇ ਉੱਤੇ ਸ਼ਤਰੰਜ ਬਣੀ ਹੋਈ। ਜਿਹੜਾ ਬੰਦਾ ਚਾਹ ਪੀਣ ਵਾਸਤੇ ਬੈਠਦਾ ਉਹ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੰਦਾ, ਅਗਰ ਕੋਈ ਸਾਹਮਣੇ ਬੈਠਾ ਤਾਂ ਦੋ ਖੇਡਣਗੇ ਤਾਂ ਕੋਈ ਨਹੀਂ ਤਾਂ ਇਕੱਲਾ ਹੀ ਖੇਡਦਾ। ਇਹ ਸਿਲਸਿਲਾ ਮੈਂ ਉੱਥੇ ਦੇਖੀ, ਫਿਰ ਬਾਰ ਬਾਰ ਅਧਿਐਨ ਕਰਨ ਤੋਂ ਪਤਾ ਚੱਲਿਆ ਕਿ ਇਹ ਖੇਲ ਅਰਬ ਦੇਸ਼ਾਂ ਤੋਂ ਹੀ ਹਿੰਦੁਸਤਾਨ ਵਿੱਚ ਗਏ ਅਤੇ ਅਰਬੀ ਲੋਕ ਜਿਸ ਜਿਸ ਪਾਸੇ ਗਏ ਇਸ ਖੇਲ ਨੂੰ ਲੈ ਗਏ। ਔਰ ਬੜੀ ਦਿਮਾਗੀ ਖੇਲ ਹੈ, ਉਹਦੇ 'ਚ ਬਹੁਤ ਵੱਡਾ ਦਿਮਾਗ ਲੜਾਉਣਾ ਪੈਂਦਾ, ਉਹਦੇ 'ਚ ਘੋੜੇ ਨੇ, ਪਿਆਦੇ ਨੇ, ਵਜ਼ੀਰ ਹੈ, ਬਾਦਸ਼ਾਹ, ਪੂਰੀ ਇੱਕ ਸਲਤਨਤ ਦਾ ਨਕਸ਼ਾ ਹੈ। ਹੁਣ ਜਿੱਤਣਾ ਹੈ ਬਾਦਸ਼ਾਹ ਨੂੰ, ਜਿੱਤਣਾ ਕਿਸ ਤਰ੍ਹਾਂ ਜਿੱਤਣਾ, ਉਹ ਫਿਰ ਸਾਰੀ ਉਸਦੇ 'ਚ ਚਾਲਾਂ ਚਲੀਆਂ ਜਾਂਦੀਆਂ। ਨੌ ਤੇ ਸੱਤ 16 ਕਲਾਂ ਦੀ ਜਿਹੜੀ ਚੌਪੜ ਹੈ ਉਹ ਵਿਛਾਈ, ਨੌ ਸਾਤ ਰਚੇ ਨੌ ਸਾਤ ਬਦੇ
9 ਤੇ 7 16 ਕਲਾ ਦੀ ਜਿਹੜੀ ਖੇਡ ਸੀ ਉਹ ਖੇਡਣੀ ਸ਼ੁਰੂ ਹੋਈ। 9 ਸਾਧ ਪਿਆ ਪਰ ਦਾਇਕ ਪਾਇਆ, ਪੱਤੀ ਦੇ ਉੱਤੇ ਉਸਨੇ 9 ਤੇ 7 16 ਦਾ ਮਾਰੇ, ਖੇਡ ਦੇ ਵਿੱਚ ਦਾ ਆਉਂਦੇ ਨੇ, 16 ਦਾ ਮਾਰੇ ਪਤੜੀ ਨੇ, ਲੇਕਿਨ ਫਿਰ ਵੀ ਕਾਮਯਾਬ ਨਾ ਹੋਈ। ਸ਼ਤਰੰਜ ਦੀ ਖੇਡ ਦੇ ਵਿੱਚ ਜਿੱਤ ਨਾ ਸਕੀ, ਪਤੀ ਜਿੱਤ ਗਿਆ। ਜੀਤ ਕਲਾ ਨਵ ਸਾਧਨ ਕੇ, ਨਵ ਸਾਧਨ ਕੇ ਮੁਖ ਅੰਜਰ ਛਾਏ। ਪਹਿਲੀ ਪੰਕਤੀ 'ਤੇ ਕਹਿੰਦੇ ਨੇ ਬਈ ਦਾ ਮਾਰ ਕੇ ਵੀ, 16 ਦਾ ਮਾਰ ਕੇ ਵੀ ਰਹਿ ਗਏ, ਖੇਡ ਫਿਰ ਸ਼ੁਰੂ ਹੋਈ। ਪਰ ਦੂਸਰੀ ਦਫਾ ਖੇਡ ਦੇ ਵਿੱਚ ਕਾਮਯਾਬ ਹੋ ਗਈ ਔਰ ਜਿੱਤ ਗਈ। ਜੀਤ ਕਲਾ ਨਵ ਸਾਧਨ ਕੇ, ਨਵ ਸਾਧਨ ਕੇ ਮੁਖ ਅੰਜਰ ਛਾਏ। ਸ਼ਰਮਸਾਰ ਹੋ ਗਏ ਵੀ ਪਤੀ ਹਾਰ ਗਿਆ, ਮੈਂ ਜਿੱਤ ਗਈ, ਬਈ ਮੈਂ ਪੁਰਸ਼ ਨੂੰ ਹਰਾ ਦਿੱਤਾ, ਹਾਰ ਗਿਆ ਪਤੀ। ਸ਼ਰਮਸਾਰ ਹੋ ਗਈ, ਚਿਹਰੇ 'ਤੇ ਲੱਜਾ ਆ ਗਈ। ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਏ। ਅਤੇ ਕਵੀ ਚੰਦਨ ਕਹਿ ਰਹੇ ਨੇ ਕਿ ਐਸਾ ਦ੍ਰਿਸ਼ ਹੋਇਆ, ਸ਼ਰਮ ਦੇ ਬਦਲਾਂ ਦੇ 'ਚ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਛੁਪਾਇਆ ਜੈਸੇ ਚੰਦਰਮਾ ਬਦਲਾਂ ਦੀ ਓਟ ਦੇ ਛੁਪ ਗਿਆ ਹੋਵੇ। ਧੰਨਾ ਸਿੰਘ ਇਸ ਦੇ ਅਰਥ ਕਰਦੇ ਨੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ 'ਚ ਲਿਖਿਆ। ਸੁਣ ਧੰਨਾ ਸਿੰਘ ਅਰਥ ਬਖਾਨਾ, ਜਿਹੜੇ ਅਰਥ ਮੈਂ ਤੁਹਾਡੇ ਸਾਹਮਣੇ ਕੀਤੇ ਨੇ ਇਹੀ ਅਰਥ ਉਹ ਬ੍ਰਿਜ ਭਾਸ਼ਾ 'ਚ ਕਰਦੇ ਨੇ। ਸੁਣ ਧੰਨਾ ਸਿੰਘ ਅਰਥ ਬਖਾਨਾ, ਤੀ ਖੋੜਸ ਬਰਖਨ ਬਹਿਵਾਨਾ। ਖੋੜਸ ਕਹਿੰਦੇ ਨੇ 16 ਨੂੰ, ਖੱਟ 10, 10 ਤੇ 6 16, ਖੋੜਸ। ਸੰਸਕ੍ਰਿਤ ਦੇ 16 ਵਾਸਤੇ ਸ਼ਬਦ ਹੈ ਖੋੜਸ, 6 ਵਾਸਤੇ ਸ਼ਬਦ ਹੈ ਖੱਟ, 10 ਸ਼ਬਦ ਹੈ 10 ਵਾਸਤੇ, ਤੇ ਜਦ 16 ਹੋਵੇ ਖੋੜਸ, ਖੱਟ 10 16। ਸੁਨ ਧੰਨਾ ਸਿੰਘ ਅਰਥ ਬਖਾਨਾ, ਤੀ ਖੋੜਸ ਬਰਖਨ ਬਹਿਵਾਨਾ। ਤਨ ਖੋੜਸ ਸਿੰਗਾਰ ਸੁਹਾਇਓ, ਖੋੜਸ ਮਾਸਨ ਮੇ ਪਿਆ ਆਇਓ। ਖੋੜਸ ਘਰ ਕੋ ਚੋਪੜ ਰਚਿਓ, ਖੋੜਸ ਦਾਏ ਲਾਏ ਸੁਖ ਮਚਿਓ। ਸੋਈ ਪਿਆਰੋ ਖੋੜਸ ਲਾਇਓ, ਖੋੜਸ ਕੀ ਬਾਜੀ ਜੈ ਪਾਇਓ। ਖੋੜਸ ਕਲਾ ਚੰਦ ਮੁਖ ਜੋਈ ਹਾਰ ਪ੍ਰੇ। ਗਿਆਨ।